हर काम लो सैन भरो जैसे तत ना जाए सैन भरो जैसे तत ना जाए लो मेरे भाई हर काम लो हर काम लो ग्रंथी कथावाचकां दे बच्चे इस लाइन च क्यों नहीं आ रहे। पहली गल तो मैं कह रहा तुहानू वी गुरु नानक देव महाराज जी की यूनीवर्सिटी बहुत महंगी है इनू हर एक बंदा फॉलो नहीं कर सकता तो इनू की कहिंदे हुंदे आ भी मतलब महंगी इस करके मैं कहा क्योंकि इहदे विच माया घट बनती है जी तो तुहानू मतलब सेवावां करनियां पैंदियां ने सेवावां तो कोई नहीं भजदा पर थोड़ियां नलायकियां हैगियां बंदियां दियां गुरु घरां दा किसे दा कोई कसूर नहीं जदों विच मैनेजमेंट कोई इदां दी आ जांदी आ मैं तुहानू हुण नां लै के भी कह सकदा इंग्लैंड ਦੇ ਵਿੱਚ ਹੁਣ ਜੇ ਤੁਸੀਂ ਆਨੰਦ ਕਾਰਜ ਦੀ ਸੇਵਾ ਕਰਦੇ ਹੋ ਆਨੰਦ ਕਾਰਜ ਦੀ ਉਹ ਤੁਹਾਨੂੰ ਕੋ ਪੱਕਾ 100 ਜਾਂ 125 ਪਾਉਂਡ ਦਿੰਦੇ ਨੇ ਸਾਰੇ ਇੰਗਲੈਂਡ 'ਚ ਤਕਰੀਬਨ ਥੋੜਾ ਬਹੁਤਾ ਇੱਕ ਅੱਧ ਛੱਡ ਕੇ। ਅੱਛਾ ਜੀ। ਤੇ ਜੇ ਕੋਈ ਮ੍ਰਿਤਕ ਹੋ ਜਾਂਦਾ ਕੋਈ ਉਠਾਲਾ ਹੁੰਦਾ ਉਹਦੇ 21-31 ਜਾਂ 52 ਦੇ ਕੇ ਬਾਕੀ ਸਾਰੇ ਜੀ ਇਹ ਗੋਲਕ ਕਮੇਟੀ ਦਾ ਫੈਸਲਾ ਹੈ। ਮਾਇਆ ਜਿਹੜੀ ਹੈ ਦੇਖੋ ਸੰਗਤ ਦੇ ਰਹੀ ਹੈ ਜੀ ਉਹ ਤੇ ਕੀਰਤਨ ਤੇ ਸਤਿਕਾਰ ਵਜੋਂ ਦੇ ਰਹੀ ਹੈ। मैं उही बेनती की भी जे फर्ज करो कोई संगत विच मत्था टेकन आउंदा उहने गुरु घर वासी दसवंध पहला गोलक विच पाउणा उहने रसीद पहला कटाउणी रसीद पहला कटाउणी फिर गोलक विच दसवंध पाउणा आपणा ते जिहड़े कीर्तनियां दित्ते उह कीर्तनियां नूं देणे चाहीदे तां कि उह कीर्तनियां दा मनोबल वधे इसे करके कीर्तनियां दे बच्चे कीर्तन। अच्छा अच्छा। असीं खुद हैरान सी भी इहनां कंट्रियां च रहि के बच्चियां कोई एडे एडे वड्डे वड्डे ताल सरीलापन बच्चियां च मेरे लूं कंडे हुण वी खड़े हो गए ते ओ इंडिया तो उस्तादां नूं बड़ी वधिया पे दे के ते उत्थे बच्चियां नूं सिखलाई दिंदे ने फिर जिहड़ा कीर्तनिया उत्थे जांदा आ उस वेले हदायत सी कन्न विच जुड़म गए भी भाई साहब जदों तुहानूं नाल कॉन्ट्रैक्ट करदे आ भी तुहानूं बच्चियां नूं नाल नाल कीर्तन दी सिखलाई भी देणी मतलब जांदे उही सन कि जिहड़े उस्ताद हुंदे जिहड़े सिखा सकदे नहीं जी उत्थे तकरीबन जिद्दां ना कहिंदे हुंदे भी मतलब पारखू बहुत परके उहनां कोल पहलां कैसटां दा युग हुंदा सी उदों हुण ते है नहीं कैसटां दा युग कैसेट मंगवाउंदे हुंदे सी उहनां दी इक टीम बहिंदी सी। अच्छा जी। उह कैसेट सुण के नाल उस्ताद जिहड़े सद्दे हुंदे सी उहनां नूं बा के उह पास करदे सी उस तों बाद वारी आउंदी सी थाईलैंड दी। अमेरिका च वी 99% लोग कहिंदे आ कि कीर्तन लाइन च गुजारा नहीं हैगा उह कम करदे ने कोई ट्रक चला रहा कोई टैक्सी चला की लोड़ पई है वेखो ये महाराज का ये एडा वड्डा ये कम हैगा वै ਤੁਸੀਂ ਸੰਗਤ ਜੋੜ ਰਹੇ ਹੋ ਉਹਦੇ ਉਹ ਪਰਮਾਤਮਾ ਦੇ ਨਾਲ ਜੋੜ ਰਹੇ ਹੋ ਅਤੇ ਉਹਨਾਂ ਨੂੰ ਦੇਖੋ ਇਸ ਕਰਕੇ ਕੀ ਲੋੜ ਉਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਪੈ ਗਈ ਕਿ ਇਹ ਕੰਮ ਛੱਡ ਕੇ ਵੇਖੋ ਜਿਹੜਾ ਬੰਦਾ ਇੱਕ ਕੰਮ ਕਰਦਾ ਨਾ ਉਹਦਾ ਹਮੇਸ਼ਾ ਧਿਆਨ ਰਹਿੰਦਾ ਕਿ ਮੈਂ ਇਹ ਕੰਮ ਨੂੰ ਵਧੀਆ ਢੰਗ ਨਾਲ ਕਰਾਂ ਅਤੇ ਜਦੋਂ ਬੰਦਾ ਇਹ ਕੰਮ ਨੂੰ ਪਾਰਟ ਟਾਈਮ ਕਰ ਲਏਗਾ ਫਿਰ ਇਹ ਪਾਰਟ ਟਾਈਮ ਲੱਗੇਗਾ ਜੀ ਅਤੇ ਮਤਲਬ ਸਾਰੇ ਬੰਦੇ ਇੱਥੇ ਕੰਮ ਕਰਦੇ ਨੇ ਵੀ ਮਤਲਬ ਕੋਈ ਟਰੱਕ ਚਲਾ ਰਿਹਾ ਕਾਰਨ ਹੈ ਜੀ ਕੀਰਤਨ ਛੱਡ ਕੇ ਜੇ ਕੋਈ ਟਰੱਕਾਂ 'ਤੇ ਜਾਂ ਕੋਈ ਹੋਰ ਕਾਰੋਬਾਰ ਕਰਦੇ ਕਾਰਨ ਇਹੀ ਹੈ ਵੀ ਗੁਰੂ ਘਰਾਂ ਦੇ ਵਿੱਚੋਂ ਜਿਹੜੀ ਮਾਇਆ ਆਉਂਦੀ ਹੈ ਉਹਨਾਂ ਦੇ ਨਾਲ ਨਹੀਂ ਕਰਦਾ ਸਿੱਖਣਾ ਕਿੰਨਾ ਕੁ ਜ਼ਰੂਰੀ ਹੈ ਉਹਨਾਂ ਦਾ ਜਿਹੜਾ ਜਵਾਬ ਸੀ ਉਹ ਮੇਰੇ ਜ਼ਿਹਨ 'ਚ ਵਸਿਆ ਆ ਇਹ ਮਰਦੇ ਦਮ ਤੱਕ ਰਹੇਗਾ ਉਹ ਕਹਿੰਦੇ ਵੀ ਸਿੱਖਣਾ ਬਹੁਤ ਜ਼ਰੂਰੀ ਹੈ ਜਿੰਨਾ ਵੱਧ ਤੋਂ ਵੱਧ ਸਿੱਖ ਸਕੋ ਪਰ ਉਹਦੇ ਨਾਲ ਇੱਕ ਰਹਿਮਤ ਵੀ ਚਾਹੀਦੀ ਹੈ ਕਈ ਬਹੁਤ ਸਿੱਖੇ ਹੁੰਦੇ ਨੇ ਗਲੇ ਵਿੱਚ ਉਹਨਾਂ ਦੀ ਮਿਠਾਸ ਨਹੀਂ ਹੁੰਦੀ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਵੈਸੇ ਇਹ ਨਹੀਂ ਕਹਿੰਦਾ ਵੀ ਆਪਾਂ ਬਹੁਤ ਸਰੀਲੇ ਹਾਂ ਸਿਆਣੇ ਨਹੀਂ ਇਹਦਾ ਅੰਤ ਹੀ ਕੋਈ ਨਹੀਂ ਇਹ ਸਮੁੰਦਰ ਹੈ ਜੀ ਇਹ ਤਾਂ ਸਰੋਤ ਬੜੀ ਜ਼ਰੂਰੀ ਹੈ ਜੀ ਸਿੱਖਣਾ ਜ਼ਰੂਰੀ ਬਹੁਤ ਹੈ ਸੁਣਨਾ ਬਹੁਤ ਸੁਣਨਾ ਬਹੁਤ ਜ਼ਰੂਰੀ ਮੇਰੇ ਖਿਆਲ ਜਿੰਨਾ ਬੰਦਾ ਸੁਣ ਕੇ ਸਿੱਖਦਾ ਨਾ ਉਹਨਾਂ ਸਿੱਖ ਕੇ ਨਹੀਂ ਸਿੱਖਦਾ ਮੈਂ ਤੁਹਾਨੂੰ ਸੱਚੀ ਗੱਲ ਆਪਣੀ ਦੱਸਾਂ ਮੈਂ ਉਹਨਾਂ ਸਿੱਖਿਆ ਨਹੀਂ ਜਿੰਨਾ ਮੈਂ ਸੁਣ ਸੁਣ ਕੇ ਮੈਨੂੰ ਗੁਰੂ ਨੇ ਮੈਨੂੰ ਦਾਤ ਦਿੱਤੀ ਹੈ ਬਹੁਤ ਸੁਣ ਹੁਣ ਤੱਕ ਤਕਰੀਬਨ ਚੱਲਦਾ ਰਹਿੰਦਾ ਜੀ ਨਿਰੰਤਰ ਹੈ ਸਿੱਖਣਾ ਆਪਣੇ ਤੋਂ ਜਿੰਨੇ ਸੀਨੀਅਰ ਆ ਜ਼ਰੂਰੀ ਨਹੀਂ ਸੀਨੀਅਰ ਕਈ ਵਾਰੀ ਜਿਹੜੇ ਤੁਸੀਂ ਨਹੀਂ ਸੁਣਨਾ ਚਾਹੋ ਉਹਨਾਂ ਵਿੱਚੋਂ ਵੀ ਤੁਹਾਨੂੰ ਕੋਈ ਨਾ ਕੋਈ ਕਿਣਕਾ ਮਾਤਰ ਸਿੱਖਣ ਜਾਂਦਾ ਰਿਹਾ ਮੈਂ ਜੀ ਇੱਕ ਤਾਂ ਉਸ ਵੇਲੇ ਗਰੀਬੀ ਬਹੁਤ ਸੀ ਪਿਤਾ ਜੀ ਪਿੰਡ ਵਿੱਚ ਗ੍ਰੰਥੀ ਸੀਗੇ ਉਸ ਪਿੰਡ 'ਚ ਬੁੱਢਾ ਜਿੱਥੇ ਮੇਰਾ ਜਨਮ ਹੋਇਆ ਅਤੇ ਸਾਈਕਲਾਂ ਦਾ ਉਦੋਂ ਯੁੱਗ ਸੀਗਾ ਸਾਈਕਲ ਹੀ ਮਸਾਂ ਮਿਲਦੇ ਸਾਈਕਲ ਨਹੀਂ ਮਿਲਦੇ ਹੁੰਦੇ
ਅਤੇ ਕਈ ਵਾਰ ਸਾਈਕਲ 'ਤੇ ਜਾਣਾ, 2 ਮੀਲ ਸੀਗਾ ਮੇਨ ਰੋਡ ਤੋਂ ਪਿੰਡ ਸਾਡਾ, ਅੱਛਾ, ਉੱਥੋਂ ਤੁਰ ਕੇ ਜਾਣਾ, ਕਈ ਵਾਰੀ ਟੈਂਪੂ 'ਤੇ। ਸਾਈਕਲ ਤਾਂ ਫਿਰ ਇੱਕੋ ਹੀ ਹੁੰਦਾ ਸੀ, ਬਾਪੂ ਹੁਣੀ ਲੈ ਜਾਂਦੇ ਹੁੰਦੇ ਸੀ ਕਦੇ ਜਾਣਾ। ਕਿੰਨੇ ਸਾਲਾਂ ਬਾਅਦ ਮਿਲੇ ਆ? ਤਕਰੀਬਨ 95 'ਚ ਆਪਾਂ ਇੰਗਲੈਂਡ ਇਕੱਠੇ ਹੋਏ ਸੀ ਜੀ। ਵਾਹ ਜੀ ਵਾਹ। 24 ਤੋਂ 29 ਸਾਲ ਬਾਅਦ, ਮੇਰੇ ਖਿਆਲ 29 ਸਾਲ। ਮੈਂ ਉਹਨੂੰ ਪੁੱਛਿਆ ਕਿ ਭਾਈ ਸਾਹਿਬ, ਮਤਲਬ ਤੁਸੀਂ ਕੰਮ ਕਰਦੇ ਹੋ, ਬਿਜ਼ਨਸ ਕਰਦੇ ਹੋ, ਕੋਈ ਕੰਮ ਕਰਦੇ ਹੋ, ਅਤੇ 25 ਸਾਲ ਪਹਿਲਾਂ ਤੁਹਾਨੂੰ ਪਰ ਆਵਰ ਕਿੰਨੇ 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 ਪਾਉਂਡ ਮਿਲਦੇ ਸੀ ਜੀ? ਤੁਹਾਡੇ ਮੁਤਾਬਕ ਕਿੰਨੇ ਮਿਲਦੇ ਸੀ ਉਦੋਂ? ਉਸ ਵੇਲੇ ਮੇਰੇ ਖਿਆਲ 5 ਕੁ ਪਾਉਂਡ ਸੀਗੇ ਆਵਰ ਦੇ, ਅਤੇ ਹੁਣ 12-13 ਨੇ। ਹੁਣ 12, ਮਤਲਬ 20-25 ਸਾਲ 'ਚ 12-13 ਪਾਉਂਡ ਹੋ ਗਏ ਨੇ। ਹਾਂਜੀ, ਇੱਦਾਂ ਹੀ ਡਾਲਰ ਰੁਪਈਏ ਵੀ। ਪਰ ਸਾਡਾ ਜਿਹੜਾ ਵੈ, ਵੇਖੋ, ਉਦੋਂ ਵੀ $1 ਸੀ, 1 ਪਾਉਂਡ ਸੀ, ਹੁਣ ਵੀ 1 ਪਾਉਂਡ ਹੈ। ਸਾਡੀ ਮਾਇਆ ਤੌਰ 'ਤੇ ਕੋਈ ਤਰੱਕੀ ਨਹੀਂ ਹੋਈ, ਉਹ ਉੱਥੇ ਹੀ ਹੈ। ਇਹ ਕਾਰਨ ਹੈ, ਦੇਖੋ, ਜਿਹਨੂੰ ਗੁਜਰਾਨ ਨੂੰ ਸਿਆਣਿਆਂ ਨੇ ਕਿਹਾ ਵੀ ਇਹ ਮਾਇਆ ਦੌਲਤ ਜਿਹੜੀ ਗੁਜਰਾਨ ਹੈ, ਪੁੱਤਰ ਨਿਸ਼ਾਨ ਹੈ, ਔਰਤ ਇਮਾਨ ਹੈ, ਅਤੇ ਜਿਹੜੀ ਦੌਲਤ ਹੈ ਇਹਨੂੰ ਗੁਜਰਾਨ ਅਤੇ ਸਾਰੀ ਦੁਨੀਆ ਸਮਝਦੀ, ਪਰ ਸਾਡੇ ਵਾਰੀ ਉਹ ਕਹਿ ਦਿੰਦੇ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਇਹਨਾਂ ਦੇ ਵਾਸਤੇ ਬਹੁਤ ਨੇ, ਪਰ ਇੱਦਾਂ ਚਾਹੀਦਾ ਨੇ ਇੱਦਾਂ, ਕਿਉਂਕਿ ਉਹਨਾਂ ਦੇ ਵੀ ਖਰਚੇ ਨੇ, ਉਹਨਾਂ ਦੀ ਮੌਰਗੇਜ ਹੈ, ਉਹਨਾਂ ਦੇ ਉਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਵੈ ਚੰਗੇ ਸਕੂਲਾਂ 'ਚ। ਦੇਖੋ, ਆਪ ਜੀ ਅਮਰੀਕਾ ਵਿੱਚ ਬਿੱਲ ਸਿੱਟੋ, ਆਪ ਜੀ ਨੇ ਘਰ ਲਾਏ ਆ, ਮਹਾਰਾਜ ਹੋਰ ਦੇਵੇ, ਵੱਧ ਤੋਂ ਵੱਧ ਦੇਵੇ, ਅਤੇ ਜਿਵੇਂ ਆਮ ਸੰਗਤ ਸਾਡੀ ਵਿਚਰਦੀ ਹੈ, ਗੁਰੂ ਘਰਾਂ 'ਚ ਆਉਂਦੀ ਹੈ, ਜਿਵੇਂ ਉਹ ਮੌਰਗਜਾਂ ਜਾਂ ਇੱਥੇ ਕਹਿ ਦਿੰਦੇ ਵੀ ਪੇਮੈਂਟ ਦੇਣੀ ਆ, ਉਹਨਾਂ ਨੇ ਪੇਮੈਂਟ ਉਹਨਾਂ ਨੇ ਵੀ ਦੇਣੀਆਂ ਨੇ, ਆਪਾਂ ਵੀ ਕੀਰਤਨੀਆਂ ਨੇ ਵੀ ਦੇਣੀਆਂ ਆ, ਅਤੇ ਬਿੱਲ ਵੀ ਦੇਣੇ, ਇਲੈਕਟ੍ਰਿਕ ਦੇ ਗੱਡੀਆਂ ਦੀਆਂ ਕਿਸ਼ਤਾਂ ਵੀ ਤਾਰਨੀਆਂ ਨੇ, ਇਸੇ ਤਰ੍ਹਾਂ ਸਾਰਿਆਂ ਦੇ ਹੁੰਦੇ, ਪਰ ਸਾਡੇ ਪ੍ਰਤੀ ਸੋਚ ਨਹੀਂ ਕੋਈ ਐਡੀ ਵਧੀਆ ਨੇਗੀ। ਮੇਰਾ ਖਿਆਲ ਹੈ ਇਹੀ ਕਾਰਨ ਹੈ ਬੱਚੇ ਸਾਡੇ ਨਹੀਂ ਕੀਰਤਨ ਲੈਣ ਚਾਹ ਰਹੇ। ਅਸਲ 'ਚ ਮੇਰੇ ਉਸਤਾਦ ਤਬਲੇ ਦੇ ਨੇ, ਭਾਈ ਬਲਕਾਰ ਸਿੰਘ ਮੁਲਤਾਨੀ ਸਾਹਿਬ। ਅੱਛਾ, ਇੱਕ ਮੈਂ ਤੁਹਾਨੂੰ ਇੱਥੇ ਰੋਕਣਾ ਭਾਈ ਸਾਹਿਬ, ਉਹ ਇੱਦਾਂ ਮੈਂ ਕਿ ਮੈਂ ਵੇਖਿਆ ਕਿ ਕੀਰਤਨ ਲਾਈਨ 'ਚ, ਕਲਾਸੀਕਲ 'ਚ, ਗਜ਼ਲ ਗੀਤ, ਉਹ ਬੰਦੇ ਕਾਮਯਾਬ ਹੋਏ ਨੇ ਕਿ ਜਿਹੜੇ ਤਬਲਾ ਪਹਿਲਾਂ ਵਜਾਉਂਦੇ ਸੀ ਜੀ। ਇਹਦਾ ਕੀ ਕਾਰਨ ਹੈਗਾ? ਰਿਦਮ ਬੜਾ ਜ਼ਰੂਰੀ ਹੈ, ਜੇ ਤੁਹਾਨੂੰ ਮਾਤਰਾ ਬਾਰੇ ਨਹੀਂ ਗਿਆਨ ਤਾਂ ਤੁਸੀਂ ਤਾਲ ਗਾ ਨਹੀਂ ਸਕਦੇ, ਕੋ ਔਖਾ ਸੌਖਾ ਵੀ ਨਹੀਂ ਕਰ। ਨਿਰਮੋਲ ਖੀਰਾ, ਜਿੱਥੇ ਕੀਰਤਨ ਦੀ ਮਹਾਨਤਾ ਹੈ ਉੱਥੇ ਭਲੋ ਭਲੋ ਰੇ ਕੀਰਤਨੀ, ਉਹ ਕੀਰਤਨੀਆਂ ਜਿਨ੍ਹਾਂ ਨੇ ਸਾਰੀ ਲਾਈਫ ਕੀਰਤਨ ਲਾਈਨ ਦੇ ਵਿੱਚ, ਮਤਲਬ ਇਹਨਾਂ ਨੇ ਲੰਘਾਈ ਹੈ, ਮਤਲਬ ਬਚਪਨ ਤੋਂ ਲੈ ਕੇ ਹੁਣ ਤੱਕ ਕੀਰਤਨ ਹੀ ਕੀਤਾ ਜੀ। ਸਾਡੇ ਨਾਲ ਭਾਈ ਸਾਹਿਬ, ਭਾਈ ਜਸਵੀਰ ਸਿੰਘ ਜੀ ਨਕੋਦਰ, UK ਵਾਲੇ ਆਏ, ਅਮੈਰੀਕਾ ਇੱਥੇ ਆਏ ਨੇ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਟਾਈਮ ਦਿੱਤਾ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਇੱਥੇ ਸਾਡੇ ਕੋਲ ਅਮੈਰੀਕਾ ਆਏ ਹੋ, ਇੰਗਲੈਂਡ ਤੋਂ ਖਾਸ ਕਰਕੇ ਆਏ ਹੋ, ਹਾਂਜੀ, ਅਤੇ ਆਪਾਂ ਦੇਖੋ ਤੁਸੀਂ ਕੀਰਤਨ, ਇਹ ਦੱਸੋ ਕਿ ਤੁਸੀਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਇੱਥੋਂ ਕਰਨੇ ਆ ਕਿ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਕੀਰਤਨ ਕਰਦੇ ਸਨ ਕਿ ਜਾਂ ਤੁਸੀਂ ਇਕੱਲੇ ਇਸ ਲਾਈਨ 'ਚ ਆਏ ਹੋ, ਕਿੱਦਾਂ ਆਏ? ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਜੀ ਬੈਂਸ ਪਾਕਿਸਤਾਨ ਤੋਂ ਇੱਧਰ ਆਏ ਸੀ, ਅਤੇ ਉਹ ਕੀਰਤਨੀ ਸੀ, ਵਿਦਵਾਨ ਕੀਰਤਨੀ ਸੀਗੇ, ਅਤੇ ਉਹਨਾਂ ਦਾ ਵਸੇਵਾਂ ਹੋਇਆ ਛਾਜਲੀ ਪਿੰਡ, ਇੱਧਰ ਮਾਲਵੇ ਦੇ ਵਿੱਚ ਹੈ ਜੀ। ਉੱਥੇ ਫਿਰ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ, ਸਾਡੇ ਪਿਤਾ ਜੀ, ਨਾਨਾ ਜੀ ਕੋਲ ਪੜ੍ਹੇ ਵਿੱਦਿਆ ਸਿੱਖੀ ਕਈ ਪਾਸਿਓਂ, ਫਿਰ ਪਹਿਲੇ ਉਸਤਾਦ ਮੇਰੇ ਪਿਤਾ ਜੀ ਨੇ ਗਿਆਨੀ ਬੂਟਾ ਸਿੰਘ ਜੀ ਲਹਿਰੀ ਮੁੱਧਾਂ ਵਾਲੇ। ਅੱਛਾ, ਉਹ ਵੀ ਕੀਰਤਨ ਕਰਦੇ? ਹਾਂਜੀ, ਕੀਰਤਨ ਕਰਦੇ। ਇਹਦਾ ਮਤਲਬ ਤੁਸੀਂ ਸਾਰਾ, ਮਤਲਬ ਕੀਰਤਨ ਪਰਿਵਾਰ ਦੇ ਵਿੱਚੋਂ ਹੀ, ਵੇਖੋ ਸੀਨਾ ਪਸੀਨਾ ਜਿਹੜਾ ਵੈ, ਤੀਸਰੀ ਪੀੜ੍ਹੀ ਹੈ ਸਾਡੀ। ਵਾਹ, ਅਤੇ ਉਹ ਫਿਰ ਨਕੋਦਰ ਮਤਲਬ ਤੋਂ ਜਲੰਧਰ ਜਾਂਦਿਆਂ 8 ਕੁ ਮੀਲ 'ਤੇ ਮੁੱਧਾਂ ਪਿੰਡ, ਜਿੱਥੇ ਮੇਰਾ ਜਨਮ ਵੀ ਹੋਇਆ, ਅਤੇ ਇਸ ਟਾਈਮ ਅਸੀਂ ਨਕੋਦਰ ਵਸੇ ਹਾਂ। ਤੁਹਾਡੇ ਮਾਤਾ ਜੀ ਦਾ ਨਾਮ? ਰਜਿੰਦਰ ਕੌਰ ਜੀ, ਉਹ ਵੀ ਹੁਣ ਨਕੋਦਰ ਤੋਂ ਤੁਸੀਂ। ਅਤੇ ਇਹ ਭਾਈ ਸਾਹਿਬ ਤੁਸੀਂ ਦੱਸੋ ਕਿ ਤੁਸੀਂ ਹੋਰ ਲਾਈਨ 'ਚ ਵੀ ਜਾ ਸਕਦੇ, ਕੀਰਤਨ ਲਾਈਨ 'ਚ ਕਿਉਂ ਆਏ, ਕਿ ਤੁਹਾਨੂੰ ਕਿੱਦਾਂ ਹੋਇਆ ਕਿ ਮੈਂ ਕੀਰਤਨ ਲਾਈਨ 'ਚ, ਮਤਲਬ ਇਹੋ ਹੀ ਮੈਂ ਇਹ ਲਾਈਨ ਅਡਾਪਟ ਕਰਨੀ ਹੈ? ਤੁਸੀਂ ਕੋਈ ਇੰਜੀਨੀਅਰ ਵੀ ਬਣ ਸਕਦੇ, ਹੋਰ ਵੀ ਕੁਛ ਬਣ ਸਕਦੇ ਸੀ, ਅਤੇ ਤੁਸੀਂ ਇਸ ਬਾਰੇ ਦੱਸੋ। ਅਸਲ 'ਚ ਘਰ ਵਿੱਚ ਮਾਹੌਲ ਕੀਰਤਨ ਦਾ ਸੀ। ਵਾਹ, ਪਿਤਾ ਜੀ ਕੀਰਤਨੀਏ ਸੀਗੇ, ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਨੇ ਆਪਣੇ ਨਾਲ ਲਾਇਆ ਢੋਲਕ ਵਜਾਉਣ ਵਾਸਤੇ। ਵਾਹ ਜੀ ਵਾਹ। ਮੇਰੇ ਪਹਿਲੇ ਉਸਤਾਦ ਜੀ, ਪਿਤਾ ਜੀ ਵਾਜੇ ਦੇ ਉਸਤਾਦ ਨੇ ਅਤੇ ਢੋਲਕੀ ਦੇ ਵੀ। ਅੱਛਾ 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 ਅੱਛਾ। ਫਿਰ ਉਹਨਾਂ ਨੇ ਮੈਨੂੰ ਸਾਡੇ ਲਾਗੇ ਉੱਥੇ ਡੈਡੀ ਹੁਣਾਂ ਪਿਤਾ ਜੀ ਦੇ ਨਾਲ ਢੋਲਕ ਵਜਾਉਂਦੇ, ਸਰਦਾਰ ਰੌਣਕ ਸਿੰਘ ਜੀ,
ਬਹੁਤ ਤਿਆਰ ਟੁੱਲ ਕੇ ਆਈਏ ਸਨ। ਉਹਨਾਂ ਨੂੰ ਉਹਨਾਂ ਦੇ ਕੋਲ ਮੈਨੂੰ ਸ਼ਾਗਿਰਦ ਪਾਇਆ, ਫਿਰ ਉਹਨਾਂ ਕੋਲ ਸਿੱਖੀ ਤਕਰੀਬਨ। ਉਹ ਡੈਡੀ ਜੀ ਉਹਨਾਂ ਦੇ ਨਾਲ ਹੀ ਢੋਲਕ ਵਜਾਉਂਦੇ ਸੀ, ਅਤੇ ਉਹਨਾਂ ਕੋਲ ਫਿਰ ਮੈਂ ਢੋਲਕ ਦੀ ਵਿੱਦਿਆ ਹਾਸਲ ਕੀਤੀ, ਅਤੇ ਵਾਜੀ ਦੇ ਪਿਤਾ ਜੀ ਕੋਲੋਂ, ਅਤੇ ਢੋਲਕ ਦੀ ਉਸਤਾਦ ਜੀ ਰੌਣਕ ਸੁਣਨ ਕੋਲ। ਮੈਨੂੰ ਇਹ ਵੀ ਪਤਾ ਲੱਗਾ ਤੁਸੀਂ ਕਈ ਸਾਜ਼ ਵਜਾ ਲੈਂਦੇ ਜੀ ਮਹਾਰਾਜ ਜੀ। ਇੱਕ ਸਾਜ਼ ਸਿੱਖਣਾ ਮੇਰੇ ਖਿਆਲ ਲਾਈਫ 'ਚ ਔਖਾ ਹੈਗਾ ਜੀ, ਅਤੇ ਭਾਈ ਸਾਹਿਬ ਕਿੰਨੇ ਸਾਜ਼ ਵਜਾ ਲੈਂਦੇ ਨੇ, ਉਸ ਬਾਰੇ ਤੁਸੀਂ ਦੱਸੋ ਭਾਈ ਸਾਹਿਬ। ਹਾਂਜੀ, ਪਹਿਲਾਂ ਤਾਂ ਮੈਂ ਢੋਲਕ ਸਿੱਖੀ ਜੀ, ਵਾਹ ਵਾਹ, ਜਿਹੜੀ ਮੈਂ ਨਾਂ ਲਿਆ ਸਰ ਰੌਣਕ ਸਿੰਘ ਜੀ ਉਹਨਾਂ ਕੋਲ। ਅੱਛਾ ਅੱਛਾ ਅੱਛਾ। ਫਿਰ ਹਾਰਮੋਨੀਅਮ 'ਤੇ ਪਿਤਾ ਜੀ ਨੇ ਹੱਥ ਰਖਾਇਆ ਮੇਰਾ, ਵਾਹ ਵਾਹ ਵਾਹ। ਅਤੇ ਹਾਰਮੋਨੀਅਮ ਤੋਂ ਬਾਅਦ ਫਿਰ ਮੈਂ 80 ਕੁ ਦੇ ਦਹਾਕੇ ਵਿੱਚ ਭਾਈ ਸਾਹਿਬ ਭਾਈ ਬਲਕਾਰ ਸਿੰਘ ਮੁਲਤਾਨੀ ਸਾਹਿਬ, ਅੱਛਾ ਜੀ, ਉਹਨਾਂ ਕੋਲ ਉੱਧਰ ਕੀਰਤਨੀ ਸੀਗੇ ਸਿੰਘ ਸਭਾ ਗੁਰਦੁਆਰਾ ਸਾਹਿਬ। ਅੱਛਾ ਅੱਛਾ। ਉਹ 80-81 ਤੋਂ ਲੈ ਕੇ 83 ਤੱਕ ਰਹੇ, ਅਤੇ ਫਿਰ ਉਹਨਾਂ ਕੋਲ ਮੈਂ ਤਬਲੇ ਦੀ ਵਿੱਦਿਆ ਪ੍ਰਾਪਤ ਕੀਤੀ। ਉਹ ਤਬਲੇ ਦੇ BA ਸਨ, ਅਸਲ 'ਚ ਮੇਰੇ ਉਸਤਾਦ ਤਬਲੇ ਦੇ ਨੇ ਭਾਈ ਬਲਕਾਰ ਸਿੰਘ ਮੁਲਤਾਨੀ ਸਾਹਿਬ। ਅੱਛਾ, ਇੱਕ ਮੈਂ ਤੁਹਾਨੂੰ ਇੱਥੇ ਰੋਕਣਾ ਭਾਈ ਸਾਹਿਬ ਜੀ, ਉਹ ਇੱਦਾਂ ਮੈਂ ਕਿ ਮੈਂ ਵੇਖਿਆ ਕਿ ਕੀਰਤਨ ਲਾਈਨ 'ਚ ਕਲਾਸੀਕਲ 'ਚ ਗਜ਼ਲ ਗੀਤ ਉਹ ਬੰਦੇ ਕਾਮਯਾਬ ਹੋਏ ਨੇ ਕਿ ਜਿਹੜੇ ਤਬਲਾ ਪਹਿਲਾਂ ਵਜਾਉਂਦੇ ਸੀ ਜੀ, ਇਹਦਾ ਕੀ ਕਾਰਨ ਹੈਗਾ? ਰਿਦਮ ਬੜਾ ਜ਼ਰੂਰੀ ਹੈ, ਜੇ ਤੁਹਾਨੂੰ ਮਾਤਰਾ ਬਾਰੇ ਨਹੀਂ ਗਿਆਨ ਤਾਂ ਤੁਸੀਂ ਤਾਲ ਗਾ ਨਹੀਂ ਸਕਦੇ, ਕੋਖਾ ਸੌਖਾ ਵੀ ਨਹੀਂ ਗਾ ਸਕਦੇ, ਸੌਖਾ ਛੱਡੋ ਸੌਖਾ ਵੀ ਨਹੀਂ ਗਾ ਸਕਦੇ। ਹਾਂ, ਮਤਲਬ ਇਸ ਕਰਕੇ ਸਾਨੂੰ ਤੁਹਾਡੇ ਅੰਦਰ ਤਬਲੇ ਦੀਆਂ ਜਿਹੜੀਆਂ ਮਾਤਰਾ ਚੱਲਦੀਆਂ ਰਹਿਣੀਆਂ ਚਾਹੀਦੀਆਂ, ਬਹੁਤ ਜ਼ਰੂਰੀ ਹੈ। ਵਾਹ ਜੀ ਵਾਹ। ਦੇਖੋ ਇਹਨਾਂ ਨੇ ਭਾਈ ਸਾਹਿਬ ਨੇ ਪਹਿਲਾਂ ਤਬਲਾ ਸਿੱਖਿਆ ਕੀਰਤਨ ਤੋਂ ਪਹਿਲਾਂ ਜੀ, ਅਤੇ ਇਸੇ ਕਰਕੇ ਵੱਖਰੀਆਂ ਹੋ ਗਈਆਂ ਏਡੀਆਂ ਵੱਡੀਆਂ ਆਮ ਵੱਡੀਆਂ ਵੱਡੀਆਂ ਤਾਲਾਂ 'ਚ ਵੀ ਤੁਸੀਂ ਗਾਈ ਜਾ ਰਹੇ ਹੋ ਜੀ, ਜਿਹੜੀਆਂ ਸੀਨਾ ਪਸੀਨਾ ਉਸਤਾਦਾਂ ਕੋਲ ਚੀਜ਼ਾਂ ਆਪਾਂ ਨੂੰ ਪ੍ਰਾਪਤ ਹੋਈਆਂ, ਬੇਸ਼ੱਕ ਕਈ ਵਾਰੀ ਤੁਸੀਂ ਸਿੱਖੇ ਵੀ ਨਹੀਂ ਹੁੰਦੇ ਪਰ ਤੁਸੀਂ ਸੁਣੀਆਂ ਹੋਣ। ਜਿਵੇਂ ਮੈਂ ਫੋਲੋ ਕਰਦਾ ਹਾਂ ਉਸਤਾਦ ਦਾਦਾ ਜੀ ਪ੍ਰਿੰਸੀਪਲ ਬਲਦੇਵ ਸਿੰਘ ਜੀ। ਅੱਛਾ, ਉਹ ਦਾਦਾ ਜੀ ਦਾਦਾ ਉਸਤਾਦ ਜੀ ਕੋ ਮਲਤਾਨੀ ਸਾਹਿਬ ਦੇ ਉਸਤਾਦ ਜੀ। ਵਾਹ ਜੀ ਵਾਹ। ਉਹਨਾਂ ਦਾ ਦੇਖੋ ਪ੍ਰਿੰਸੀਪਲ ਬਲਦੇਵ ਸਿੰਘ ਹੋਣਾ ਦਾ ਮਹਾਰਾਜ, ਉਹ ਪ੍ਰਿੰਸੀਪਲ ਮੋਹਨਪਾਲ ਸਿੰਘ ਕਿਸ਼ਨਪਾਲ ਜੀ, ਉਹਨਾਂ ਦਾ ਮੈਂ ਬੜਾ ਪਾਸ਼ਕ ਹਾਂ, ਉਹਨਾਂ ਦੇ ਮੈਂ ਬੰਦਸ਼ਾਂ ਕੁਛ ਗਾਉਂਦਾ ਹੁੰਦਾ, ਸ਼ੌਂਕ ਨਾਲ ਮੈਨੂੰ ਸ਼ੌਂਕ ਹੈ ਔਖੀ ਬੰਦਸ਼ ਗਾਉਣ ਦਾ। ਕਿਆ ਬਾਤ ਹੈ। ਅਤੇ ਸ਼ੌਂਕ ਤੋਂ ਬਗੈਰ ਕੋਈ ਵੀ ਨਹੀਂ ਤੁਸੀਂ ਕੰਮ ਕਿਰਤ ਕਰ ਸਕਦੇ ਹੈ, ਅਤੇ ਖੈਰ ਮਹਾਰਾਜ ਨੇ ਕੀਰਤਨ ਦੀ ਦਾਰ ਜਿਹੜੀ ਦਿੱਤੀ ਆ ਇਹ ਪੂਰਵਲੇ ਕਰਮ ਨੇ। ਪੂਰਵ ਕਰਮ ਅੰਕੁਰ ਜਾਂ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ, ਪੂਰਵਲੇ ਕਰਮਾਂ ਦੀ ਤਪੱਸਿਆ ਹੁੰਦੀ ਹੈ। ਭਾਈ ਸਾਹਿਬ ਮੈਂ ਚਾਹੁੰਦਾ ਕਿ ਤੁਹਾਨੂੰ ਇੱਥੇ ਰੋਕਦਾ ਕਿ ਤੁਸੀਂ ਸਾਨੂੰ ਕੋਈ ਸੁਣਾਓ ਜੀ। ਅੱਛਾ, ਭਾਈ ਸਾਹਿਬ ਨੇ ਮੈਂ ਜਦੋਂ ਇਹਨਾਂ ਨਾਲ ਗੱਲਬਾਤ ਹੋ ਰਹੀ ਸੀ ਅਤੇ ਕਹਿੰਦੇ ਕਿਹੜੀ ਕਿਹੜੀ ਤਾਲ 'ਚ ਮੈਂ ਮਤਲਬ ਤੁਸੀਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਹ ਤਾਲ 'ਚ ਸ਼ਬਦ ਪੜ੍ਹੋ ਜੀ, ਇਹ ਕਹਿੰਦੇ ਕਿ ਅੱਜ ਆਪਾਂ ਇੱਦਾਂ ਕਰਾਂਗੇ ਸੀਰੀਅਲ ਵਾਈਜ਼, ਪਹਿਲਾਂ ਦਾਦਰਾ ਤਾਲ 6 ਮਾਤਰਾ, 7 ਮਾਤਰਾ, 8 ਮਾਤਰਾ, 10 ਮਾਤਰਾ, 12 ਮਾਤਰਾ, ਕਹਿੰਦੇ ਮੈਂ ਇੱਦਾਂ ਗਾਵਾਂਗਾ। ਪਰ ਇਹ ਸਾਰੀ ਗੱਲ ਹੈ ਕਿ ਤੁਹਾਨੂੰ ਤਬਲਾ ਹੁੰਦਾ, ਬਿਲਕੁਲ, ਅਤੇ ਤੁਸੀਂ ਸਾਨੂੰ ਕੁਛ ਸੁਣਾਓ। ਅਤੇ ਆਪਾਂ ਸੰਗਤ ਕੋਲੋਂ ਇੱਥੋਂ ਮਾਫ਼ੀ ਮੰਗ ਲੈਂਦੇ ਪਹਿਲਾਂ ਹੀ, ਕਿਉਂਕਿ ਟਾਈਮ ਥੋੜ੍ਹਾ ਹੋਣ ਕਰਕੇ ਅਸੀਂ ਇਹਨਾਂ ਕੋਲ ਪੂਰੇ ਸ਼ਬਦ ਨਹੀਂ ਸੁਣਾਂਗੇ। ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਇਹਨਾਂ ਕੋਲ ਕੰਪੋਜੀਸ਼ਨਾਂ ਸੁਣੀਆਂ ਜਾਣ, ਇਹਨਾਂ ਕੋਲੋਂ ਵੱਧ ਤੋਂ ਵੱਧ ਇਹਨਾਂ ਦੀ ਲਾਈਫ ਹਿਸਟਰੀ ਬਾਰੇ ਪਤਾ ਕੀਤਾ ਜਾਏ, ਜਿਹਦੇ ਨਾਲ ਨਵੀਂ ਜਨਰੇਸ਼ਨ ਨੂੰ ਜਿਹੜਾ ਵੈ ਫਾਇਦਾ ਹੋ ਸਕੇ ਕਿ ਇਹ ਲੋਕ ਕਿੱਦਾਂ ਤਪੱਸਿਆ ਇਹਨਾਂ ਨੇ ਕੀਤੀ ਹੈ, ਇਹ ਕਿੱਦਾਂ ਇੱਥੋਂ ਤੱਕ ਪਹੁੰਚੇ ਨੇ, ਕਿੰਨੀਆਂ ਮੁਸ਼ਕਲਾਂ ਦੇ ਨਾਲ ਪਹੁੰਚੇ ਨੇ। ਮੈਂ ਇੱਕ ਗੱਲ ਥੋੜ੍ਹੀ ਜਿਹੀ ਐਡ ਕਰ ਦਿੰਦਾ ਤੁਹਾਡੇ ਨਾਲ, ਮੈਂ ਆਪਣੇ ਬੇਟੇ ਨੂੰ ਵੀ ਤਬਲਾ ਸਿਖਾਇਆ। ਵਾਹ ਜੀ ਵਾਹ। ਅਤੇ ਗਾਂ ਮੇਰਾ ਪੋਤਾ ਇਸ ਟਾਈਮ 9ਵੇਂ ਸਾਲ 'ਚ ਹੈ, ਉਹ ਵੀ ਵਜਾਉਂਦਾ ਥੋੜ੍ਹਾ ਥੋੜ੍ਹਾ ਵਜਾਉਂਦਾ ਤਬਲਾ। ਉਹ ਵੀ ਮੈਂ ਚਾਹੁੰਦਾ ਵੀ ਜਿਹੜੀ ਕੀਰਤਨ ਦੀ ਦਾਤ ਹੈ ਉਹ ਘਰੋਂ ਜਾਵੇ ਨਾ, ਘਰੋਂ ਜਾ। ਕਿਆ ਬਾਤ ਹੈ। ਹਾਂਜੀ, ਆਓ ਆਪਾਂ ਤੁਹਾਨੂੰ ਇੱਕ ਸ਼ਬਦ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਰਹਿਣ ਗਈ ਹਰ ਹਰ ਕੰਪੇ ਬਲਡੀਓ ਨਾ ਜਾਣਾ ਜਪਰ ਸੂਬੀ ਨਾ ਜਾਣਾ ਜਪਰ ਸੂਬੀ ਰਹਿ
ਸਾਡੇ ਕੋਲ ਸੁਣੀ ਜਾਈਏ, ਤੁਸੀਂ ਗਾਈ ਜਾਓ ਤੇ ਸੁਣੀ ਜਾਈਏ। ਵਾਹ ਜੀ ਵਾਹ ਭਾਈ ਸਾਹਿਬ। ਤੇ ਅੱਛਾ ਇਹ ਦੱਸੋ, ਇਹ ਮੈਂ ਇੱਕ ਭਾਈ ਸਾਹਿਬ ਆਪਾਂ ਕਿੰਨੇ ਸਾਲਾਂ ਬਾਅਦ ਮਿਲੇ ਆ? ਤਕਰੀਬਨ 95 ਚ ਆਪਾਂ ਇੰਗਲੈਂਡ ਇਕੱਠੇ ਹੋਏ ਸੀ ਜੀ। ਵਾਹ ਜੀ ਵਾਹ। 24-29 ਸਾਲ ਬਾਅਦ ਮੇਰੇ ਖਿਆਲ 29 ਸਾਲ। ਵਾਹ ਜੀ ਵਾਹ। ਮੈਂ ਉੱਥੇ ਗਿਆ ਸੀ ਜੀ ਇੰਗਲੈਂਡ, ਕਾਫੀ ਵਾਰੀ ਮੈਂ ਗਿਆ ਐਕਚੁਅਲੀ, ਅਮਰੀਕਾ ਆਉਣ ਤੋਂ ਪਹਿਲਾਂ ਗਿਆ ਸੀ ਉੱਥੇ। ਪ੍ਰੋਫੈਸਰ ਅਮਰ ਸਿੰਘ ਜੀ, ਵਾਹ ਜੀ, ਬਹੁਤ ਪਿਆਰੀ ਰੂਹ ਸੀ, ਬੜੀ ਪਿਆਰੀ ਰੂਹ ਸੀ। ਮੇਰੇ ਦੋਸਤਾਂ ਨੇ ਸਮਝ ਲਓ ਕਿ ਉਹਨਾਂ ਨੇ ਸਾਨੂੰ ਪਹਿਲੀ ਵਾਰੀ ਅਮਰੀਕਾ, ਉਹਨਾਂ ਦੇ ਘਰ ਹੀ ਮਿਲੇ ਸੀ ਆਪਾਂ, ਉਹਨਾਂ ਦੇ ਘਰ ਹੀ ਮਿਲੇ। ਬਿਲਕੁਲ ਬਿਲਕੁਲ, ਉਹਨਾਂ ਦੇ ਘਰ ਹੀ ਮਿਲੇ ਸੀ। ਸਾਰਾ ਪਰਿਵਾਰ ਗੁਣੀ ਆ, ਉਹਨਾਂ ਦੇ ਬੱਚੇ ਕੀਰਤਨ ਕਰਦੇ ਨੇ ਬਹੁਤ ਸੋਹਣਾ, ਗਜ਼ਲ ਵੀ ਗਾਉਂਦੇ ਨੇ ਬੇਸ਼ੱਕ, ਤੇ ਬਹੁਤ ਕਿਰਪਾ। ਉੱਥੇ ਦੀਆਂ ਬਹੁਤ ਮਹਿਨਾਜ ਹਸਤੀਆਂ ਨੇ, ਜਿਹਨਾਂ ਵਿੱਚੋਂ ਸਾਡੇ ਮਾਸੜੀ ਸਾਹਿਬ ਜਰਨੈਲ ਸਿੰਘ ਪ੍ਰਭਾਕਰ ਸਾਹਿਬ, ਜਿਹਨਾਂ ਸਾਨੂੰ ਪਹਿਲੀ ਵਾਰੀ ਸੱਦਿਆ ਸੀ ਇੰਗਲੈਂਡ। ਅੱਛਾ ਅੱਛਾ। ਹਾਂਜੀ, ਮੇਰੇ ਤੋਂ ਛੋਟੇ ਦੇ ਫਾਦਰ ਨਾਲ ਉਹਨੇ, ਤੇ ਉਹਨਾਂ ਦੇ ਨਾਲ ਨਾਲ ਹੀ ਫਿਰ ਪ੍ਰੋਫੈਸਰ ਅਮਰ ਉਹਨਾਂ ਦੇ ਨਾਲ ਤੁਹਾਡੇ ਨਾਲ ਮੁਲਾਕਾਤ ਹੋਈ ਇੰਗਲੈਂਡ ਉੱਥੇ 95 ਤੋਂ ਬਾਅਦ ਹੀ ਅੱਜ ਮਿਲੇ। ਵਾਹ ਜੀ ਵਾਹ। ਕੀ ਬਾਤ ਹੈ, ਮੈਂ ਕਿਹਾ ਭਾਈ ਸਾਹਿਬ ਮਿਲੇ ਨੇ, ਚਲੋ ਪੁਰਾਣੀਆਂ ਜਿਹੜੀਆਂ ਯਾਦਾਂ ਜਿਹੜੀਆਂ। ਤੇ ਤੁਸੀਂ ਭਾਈ ਸਾਹਿਬ ਇੰਗਲੈਂਡ ਕਦੋਂ ਗਏ ਹੋ ਜਾਂ ਬਾਹਰ ਕਦੋਂ, ਫਾਰਨ ਕੰਟਰੀ ਕਿੱਦਾਂ ਤੁਹਾਡਾ, ਕਿਹੜੇ ਸਾਲ ਤੋਂ ਤੁਸੀਂ ਸ਼ੁਰੂ? ਮੈਂ ਥੋੜ੍ਹਾ ਜਿਹਾ ਪਿਛੋਕੜ ਤੋਂ ਆਪ ਜੀ ਦੱਸ ਸਕਾਂ। ਪਹਿਲਾਂ ਦੱਸੇ ਮੈਂ ਆਪਣੇ ਉਸਤਾਦ ਭਾਈ ਬਲਕਾਰ ਸਿੰਘ ਮੁਲਤਾਨੀ ਹੁਣਾਂ ਕੋਲ, 81 ਦੀ ਜੋ ਮੈਂ ਉਹਨਾਂ ਕੋਲ ਤਬਲੇ ਦੀ ਵਿੱਦਿਆ ਲਈ। ਅੱਛਾ ਜੀ। ਉਸ ਤੋਂ ਬਾਅਦ ਵਿਚਰਦੇ ਰਹੇ, ਅਸੀਂ ਆਪਸ ਵਿੱਚ ਮਿਲਦੇ ਰਹੇ, ਕੈਸਟਾਂ ਵੀ ਕਰਾਉਂਦੇ ਰਹੇ, ਅਤੇ ਫਿਰ ਅਸੀਂ 91 ਦੇ ਵਿੱਚ ਜਲੰਧਰ ਗੁਰੂ ਨਾਨਕ ਮਿਸ਼ਨ ਐਜ ਏ ਮੈਂ ਸਹਾਇਕ ਆਪਣੇ ਉਸਤਾਦ ਜੀ ਬਲਕਾਰ ਸਿੰਘ ਮੁਲਤਾਨੀ ਸਾਹਿਬ ਜੀ ਦੇ ਨਾਲ ਐਜ ਏ ਸਹਾਇਕ ਡਿਊਟੀ ਸ਼ੁਰੂ ਕੀਤੀ ਸੀ। 91 ਤੋਂ ਲੈ ਕੇ 95 ਤੱਕ ਉੱਥੇ ਡਿਊਟੀ ਕੀਤੀ। 93 'ਚ ਫਿਰ ਅਸੀਂ ਗਏ ਪਹਿਲੀ ਵਾਰੀ ਥਾਈਲੈਂਡ 3 ਮਹੀਨੇ ਵਾਸਤੇ, ਅਤੇ ਉੱਥੋਂ ਆਏ ਫਿਰ 94 'ਚ ਅਸੀਂ ਪਹਿਲੀ ਵਾਰੀ ਕਨੇਡਾ ਆਏ ਸੀ ਸਕਾਰਬਰੋ, ਅਤੇ ਫਿਰ 95 'ਚ ਪਹਿਲੀ ਵਾਰੀ ਇੰਗਲੈਂਡ ਜਦੋਂ ਆਪਾਂ ਮਿਲੇ, ਉਦੋਂ ਬਾਅਦ ਫਿਰ ਚੱਲ ਰਿਹਾ 2000 ਤੱਕ ਫਿਰ ਮੈਂ ਉਸਤਾਦ ਜੀ ਨਾਲ ਰਿਹਾ। 2000 'ਚ ਫਿਰ ਮੈਂ ਇੰਗਲੈਂਡ ਉੱਥੇ ਡਿਊਟੀ ਕਰ ਲਈ ਸੀ। ਅਤੇ ਹੁਣ ਤੁਸੀਂ ਇੰਗਲੈਂਡ ਪੱਕੇ ਜੀ? ਮੈਨੂੰ ਉੱਥੇ 25 ਸਾਲ ਹੋ ਗਏ। ਅੱਛਾ, 25 ਸਾਲ ਹੋ ਗਏ ਤੁਹਾਨੂੰ? ਸਾਊਥ ਵੇਲ ਸੁਆਂਜੀ ਸ਼ਹਿਰ ਇੱਕ ਜੀ, ਸਾਊਥ ਵੇਲ ਜਿਹਦਾ, ਅਤੇ ਉੱਥੇ ਉੱਥੇ ਰਹਿ ਰਿਹਾ ਪਰਿਵਾਰ ਸਮੇਤ, ਬੱਚੇ ਨੇ, ਅਤੇ ਮਹਾਰਾਜ ਨੇ ਛੋਟਾ ਜਿਹਾ ਕਾਰੋਬਾਰ ਵੀ ਦਿੱਤਾ, ਅਤੇ ਨਾਲ ਕੀਰਤਨ ਦੀ, ਮੈਂ ਕੀਰਤਨ ਨਹੀਂ ਛੱਡਿਆ ਨਾ ਛੱਡਣਾ, ਬੱਚੇ ਨੇ ਕਰਦੇ ਨੇ ਕਾਰੋਬਾਰ, ਪਰ ਮੈਂ ਕੀਰਤਨ ਦੀ ਸੇਵਾ ਇਹ ਨਹੀਂ ਛੱਡ ਸਕਦਾ। ਅੱਛਾ, ਮੈਂ ਤੁਹਾਨੂੰ ਇੱਥੇ ਰੋਕਦਾ ਭਾਈ ਸਾਹਿਬ, ਮਤਲਬ ਕੀਰਤਨੀਏ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਇੱਧਰ ਲਾ ਰਹੇ, ਪ੍ਰਚਾਰਕ ਜਿਹੜੇ ਆ ਕਿਉਂ ਨਹੀਂ ਪ੍ਰਚਾਰਕ ਬਣਾ ਰਹੇ ਉਹਨਾਂ ਨੂੰ, ਇਹਦਾ ਕਾਰਨ ਕੀ ਹੈ? ਨਹੀਂ ਤਾਂ ਇਹ ਹੈ ਕਿ ਬੰਦਾ ਜਿਹੜਾ ਸੋਚਦਾ ਹੈ ਕਿ ਮੇਰੀ ਆਹ ਲਾਈਨ ਆ, ਮੇਰੀ ਇਹ 'ਚ ਮਾਸਟਰੀ ਹੈ, ਅਤੇ ਮੇਰੇ ਬੱਚੇ ਵੀ ਇਹੋ ਹੀ ਕੰਮ ਕਰਨ, ਪਰ ਸਾਡੀ ਸੋਚ ਕਿਉਂ ਬਦਲ ਗਈ ਹੈ ਸਾਡੇ ਲੋਕਾਂ ਦੀ, ਜਾਂ ਕੀ ਕਾਰਨ ਹੋਏ ਨੇ? ਕੋਈ ਕਮੇਟੀਆਂ ਦਾ ਕਾਰਨ ਹੈ, ਕੋਈ ਹੋਰ? ਕਿਉਂ ਆਪਾਂ ਆਪਣੇ ਬੱਚੇ, ਸਾਡੇ ਬੱਚੇ ਇੱਧਰ ਆਉਣ ਨੂੰ ਨਹੀਂ ਤਿਆਰ, ਇਹਦਾ ਕਾਰਨ ਕੀ? ਸਰ ਜੀ, ਬੇਨਤੀ ਇਹ ਆ ਵੀ ਜੇ ਕੋਈ ਬੰਦਾ ਡਾਕਟਰ ਆ ਤਾਂ ਉਹ ਕਹਿੰਦਾ ਮੇਰਾ ਬੱਚਾ ਡਾਕਟਰ ਹੀ ਬਣੇ, ਕਿਉਂਕਿ ਉਹਦੇ ਵਿੱਚ ਇਨਵੈਸਟਮੈਂਟ ਹੈਗੀ, ਮਾਇਆ ਵਾਧੂ ਬਣਦੀ ਹੈ। ਅਤੇ ਜੇ ਕੋਈ ਸੁਲਿਸਟਰ ਆ ਤਾਂ ਉਹ ਕਹਿੰਦਾ ਮੇਰਾ ਬੇਟਾ ਸੁਲਿਸਟਰ, ਔਰ ਬਣਾਈ ਵੀ ਨਹੀਂ ਉਹਨਾਂ ਨੇ ਬਣਾਈ। ਅਤੇ ਜਿਹੜੀ ਆਪ ਜੀ ਨੇ ਗੱਲ ਕੀਤੀ ਹੈ ਵੀ ਕੀਰਤਨੀਆਂ ਦੇ ਜਾਂ ਗ੍ਰੰਥੀ ਸਿੰਘਾਂ ਦੇ ਜਾਂ ਕਥਾਵਾਚਕਾਂ ਦੇ ਬੱਚੇ ਇਸ ਲਾਈਨ 'ਚ ਕਿਉਂ ਨਹੀਂ ਆ ਰਹੇ, ਪਹਿਲੀ ਗੱਲ ਤਾਂ ਮੈਂ ਕਹਿ ਰਿਹਾ ਤੁਹਾਨੂੰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਯੂਨੀਵਰਸਿਟੀ ਬਹੁਤ ਮਹਿੰਗੀ ਆ, ਇਹਨੂੰ ਹਰ ਇੱਕ ਬੰਦਾ ਫੋਲੋ ਨਹੀਂ ਕਰ ਸਕਦਾ, ਅਤੇ ਇਹਨੂੰ ਕੀ ਕਹਿੰਦੇ ਹੁੰਦੇ ਆ ਵੀ ਮਤਲਬ ਮਹਿੰਗੀ, ਇਸ ਕਰਕੇ ਮੈਂ ਕਿਹਾ ਕਿਉਂਕਿ ਇਹਦੇ ਵਿੱਚ ਮਾਇਆ ਘੱਟ ਬਣਦੀ ਆ ਜੀ, ਅਤੇ ਇਹ ਤੁਹਾਨੂੰ ਮਤਲਬ ਸੇਵਾਵਾਂ ਕਰਨੀਆਂ ਪੈਂਦੀਆਂ ਨੇ, ਸੇਵਾਵਾਂ ਤਾਂ ਕੋਈ ਨਹੀਂ ਭੱਜਦਾ, ਪਰ ਥੋੜ੍ਹੀਆਂ ਨਲਾਇਕੀਆਂ ਹੈਗੀਆਂ ਬੰਦਿਆਂ ਦੀਆਂ, ਗੁਰੂ ਘਰਾਂ ਦਾ ਕਿਸੇ ਦਾ ਕੋਈ ਕਸੂਰ ਨਹੀਂ। ਜਦੋਂ ਵਿੱਚ ਮੈਨੇਜਮੈਂਟ ਕੋਈ ਇੱਦਾਂ ਦੀ ਆ ਜਾਂਦੀ ਆ, ਮੈਂ ਤੁਹਾਨੂੰ ਹੁਣ ਨਾਂ ਲੈ ਕੇ ਵੀ ਕਹਿ ਸਕਦਾ, ਇੰਗਲੈਂਡ ਦੇ ਵਿੱਚ ਹੁਣ ਜੇ ਤੁਸੀਂ ਆਨੰਦ ਕਾਰਜ ਦੀ ਸੇਵਾ ਕਰਦੇ ਹੋ, ਆਨੰਦ ਕਾਰਜ ਉਹ ਤੁਹਾਨੂੰ ਉੱਕੋ ਪੱਕਾ 100 ਜਾਂ 125 ਪਾਉਂਡ ਦਿੰਦੇ ਨੇ ਸਾਰੇ ਇੰਗਲੈਂਡ 'ਚ ਤਕਰੀਬਨ, ਥੋੜ੍ਹਾ ਬਹੁਤਾ ਇੱਕ ਅੱਧ ਛੱਡ ਕੇ। ਅੱਛਾ ਜੀ। ਅਤੇ ਜੇ ਕੋਈ ਮ੍ਰਿਤਕ ਹੋ ਜਾਂਦਾ, ਕੋਈ ਉਠਾਲਾ ਹੁੰਦਾ, ਉਹਦੇ 21-31 ਜਾਂ 52 ਦੇ ਕੇ, ਬਾਕੀ ਸਾਰੇ ਜੀ ਇਹ ਗੋਲਕ ਚੀਜ਼ ਕਮੇਟੀ ਦਾ ਫੈਸਲਾ। ਮਾਇਆ ਜਿਹੜੀ ਹੈ ਦੇਖੋ ਸੰਗਤ ਦੇ ਰਹੀ ਹੈ ਜੀ, ਉਹ ਤਾਂ ਕੀਰਤਨ ਦੇ ਸਤਿਕਾਰ ਵਜੋਂ ਦੇ ਰਹੀ ਹੈ। ਮੈਂ ਉਹੀ ਬੇਨਤੀ ਕੀਤੀ ਸੀ ਵੀ ਜੇ ਫਰਜ਼ ਕਰੋ ਕੋਈ ਸੰਗਤ ਵਿੱਚੋਂ ਮੱਥਾ ਟੇਕਣ ਆਉਂਦਾ, ਉਹਨੇ ਗੁਰੂ ਘਰ ਵਾਸੀ ਦਸਵੰਧ ਪਹਿਲਾਂ ਗੋਲਕ ਵਿੱਚ ਪਾਉਣਾ, ਉਹਨੇ ਰਸੀਦ ਪਹਿਲਾਂ ਕਟਾਉਣੀ, ਰਸੀਦ ਪਹਿਲਾਂ ਕਟਾਉਣੀ, ਫਿਰ ਗੋਲਕ ਵਿੱਚ ਦਸਵੰਧ ਪਾਉਣਾ ਆਪਣਾ। ਅਤੇ ਜਿਹੜੇ ਕੀਰਤਨੀਆਂ ਦਿੱਤੇ ਉਹ ਕੀਰਤਨੀਆਂ ਨੂੰ ਦੇਣੇ ਚਾਹੀਦੇ ਤਾਂ ਕਿ ਉਹ ਕੀਰਤਨੀਆਂ ਦਾ ਮਨੋਬਲ ਵਧੇ। ਇਸੇ ਕਰਕੇ ਕੀਰਤਨੀਆਂ ਦੇ ਬੱਚੇ ਕੀਰਤਨ ਲੈਣ 'ਚ ਨਹੀਂ ਆ ਰਹੇ, ਨਾ ਕਥਾਵਾਚਕਾਂ ਦੇ, ਨਾ ਹੈੱਡ ਗ੍ਰੰਥੀ ਜਿਹੜੇ ਹੁੰਦੇ ਨੇ ਉਹਨਾਂ ਦੇ ਬੱਚੇ ਨੇ, ਉਹ ਹੋਰ ਸਾਰੇ ਕਾਰੋਬਾਰ ਕਰ ਲੈਂਦੇ ਨੇ, ਪਰ ਕੀਰਤਨ ਲੈਣ ਤੋਂ ਭੱਜ ਰਹੇ ਨੇ। ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪਏਗਾ, ਸੋਚਣਾ, ਇਹ ਬਹੁਤ ਵੱਡਾ ਵਿਸ਼ਾ ਹੈ। ਹਾਂਜੀ, ਵੇਖੋ ਇਹ
ਦੇਖੋ ਸਾਨੂੰ ਸਾਰਿਆਂ ਨੂੰ ਸੋਚਣਾ ਪਏਗਾ, ਕਮੇਟੀਆਂ ਨੂੰ ਵੀ ਸੋਚਣਾ ਪਏਗਾ। ਦੇਖੋ ਵੀ ਸਾਡੇ ਭੈਣ ਭਰਾ ਹੀ ਨੇ ਭੈਣ ਭਰਾ ਤੇ, ਪਰ ਪਤਾ ਨਹੀਂ ਇੱਥੇ ਆ ਕੇ ਉਹਨਾਂ ਦੇ ਅਸੂਲ ਚੇਂਜ ਹੋ ਜਾਂਦੇ ਨੇ, ਚਾਹੇ ਸੋਚਣਾ ਪਏਗਾ। ਨਹੀਂ ਦੇਖੋ, ਮੈਂ ਇੱਕ ਬੰਦੇ ਨਾਲ ਮੇਰੀ ਗੱਲ ਹੋਈ ਜੀ, ਮੈਂ ਉਹਨੂੰ ਪੁੱਛਿਆ ਕਿ ਭਾਈ ਸਾਹਿਬ ਮਤਲਬ ਤੁਸੀਂ ਕੰਮ ਕਰਦੇ ਹੋ, ਬਿਜ਼ਨਸ ਕਰਦੇ ਹੋ, ਕੋਈ ਕੰਮ ਕਰਦੇ ਹੋ, ਅਤੇ 25 ਸਾਲ ਪਹਿਲਾਂ ਤੁਹਾਨੂੰ ਪਰ ਆਵਰ ਕਿੰਨੇ 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 ਪਾਉਂਡ ਮਿਲਦੇ ਸੀ ਜੀ? ਤੁਹਾਡੇ ਮੁਤਾਬਕ ਕਿੰਨੇ ਮਿਲਦੇ ਸੀ ਉਦੋਂ? ਉਸ ਵੇਲੇ ਮੇਰੇ ਖਿਆਲ 5 ਕੁ ਪਾਉਂਡ ਸੀਗੇ ਆਵਰ ਦੇ, ਅਤੇ ਹੁਣ 12-13 ਨੇ। ਹੁਣ 12 ਮਤਲਬ 20-25 ਸਾਲ 'ਚ 12-13 ਪਾਉਂਡ ਹੋ ਗਏ ਨੇ। ਹਾਂਜੀ, ਇੱਦਾਂ ਹੀ ਡਾਲਰ ਰੁਪਈਏ ਵੀ। ਪਰ ਸਾਡਾ ਜਿਹੜਾ ਵੈ ਵੇਖੋ, ਉਦੋਂ ਵੀ $1 ਸੀ, 1 ਪਾਉਂਡ ਸੀ, ਹੁਣ ਵੀ 1 ਪਾਉਂਡ ਹੈ। ਸਾਡੀ ਮਾਇਆ ਤੌਰ 'ਤੇ ਕੋਈ ਤਰੱਕੀ ਨਹੀਂ ਹੋਈ, ਉਹ ਉੱਥੇ ਹੀ ਹੈ, ਇਹ ਕਾਰਨ ਹੈ। ਦੇਖੋ, ਜਿਹਨੂੰ ਗੁਜਰਾਨ ਨੂੰ ਸਿਆਣਿਆਂ ਨੇ ਕਿਹਾ ਵੀ ਇਹ ਮਾਇਆ ਦੌਲਤ ਜਿਹੜੀ ਗੁਜਰਾਨ ਹੈ, ਪੁੱਤਰ ਨਿਸ਼ਾਨ ਹੈ, ਔਰਤ ਇਮਾਨ ਹੈ, ਅਤੇ ਜਿਹੜੀ ਦੌਲਤ ਹੈ ਇਹਨੂੰ ਗੁਜਰਾਨ ਅਤੇ ਸਾਰੀ ਦੁਨੀਆ ਸਮਝਦੀ, ਪਰ ਸਾਡੇ ਵਾਰੀ ਉਹ ਕਹਿ ਦਿੰਦੇ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਇਹਨਾਂ ਦੇ ਵਾਸਤੇ ਬਹੁਤ ਨੇ, ਪਰ ਇੱਦਾਂ ਚਾਹੀਦਾ ਨੇ ਇੱਦਾਂ, ਕਿਉਂਕਿ ਉਹਨਾਂ ਦੇ ਵੀ ਖਰਚੇ ਨੇ, ਉਹਨਾਂ ਦੀ ਮੌਰਗੇਜ ਹੈ, ਉਹਨਾਂ ਦੇ ਉਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਵੈ ਚੰਗੇ ਸਕੂਲਾਂ 'ਚ। ਦੇਖੋ ਆਪ ਜੀ ਅਮਰੀਕਾ ਵਿੱਚ ਬਿੱਲ ਸਿੱਟੋ, ਆਪ ਜੀ ਨੇ ਘਰ ਲਾਏ ਆ, ਮਹਾਰਾਜ ਹੋਰ ਦੇਵੇ, ਵੱਧ ਤੋਂ ਵੱਧ ਦੇਵੇ, ਅਤੇ ਜਿਵੇਂ ਆਮ ਸੰਗਤ ਸਾਡੀ ਵਿਚਰਦੀ ਹੈ, ਗੁਰੂ ਘਰਾਂ 'ਚ ਆਉਂਦੀ ਹੈ, ਜਿਵੇਂ ਉਹ ਮੌਰਗਜਾਂ ਜਾਂ ਇੱਥੇ ਕਹਿ ਦਿੰਦੇ ਵੀ ਪੇਮੈਂਟ ਦੇਣੀ ਆ, ਉਹਨਾਂ ਨੇ ਪੇਮੈਂਟ ਉਹਨਾਂ ਨੇ ਵੀ ਦੇਣੀਆਂ ਨੇ, ਆਪਾਂ ਵੀ ਕੀਰਤਨੀਆਂ ਨੇ ਵੀ ਦੇਣੀਆਂ ਆ, ਅਤੇ ਬਿੱਲ ਵੀ ਦੇਣੇ, ਇਲੈਕਟ੍ਰਿਕ ਦੇ ਗੱਡੀਆਂ ਦੀਆਂ ਕਿਸ਼ਤਾਂ ਵੀ ਤਾਰਨੀਆਂ ਨੇ, ਇਸੇ ਤਰ੍ਹਾਂ ਸਾਰਿਆਂ ਦੇ ਹੁੰਦੇ, ਪਰ ਸਾਡੇ ਪ੍ਰਤੀ ਸੋਚ ਨਹੀਂ ਕੋਈ ਐਡੀ ਵਧੀਆ ਨੀਗੀ। ਮੇਰਾ ਖਿਆਲ ਹੈ ਇਹੀ ਕਾਰਨ ਆ ਬੱਚੇ ਸਾਡੇ ਨਹੀਂ ਕੀਰਤਨ ਲੈਣ ਚਾਹ ਰਹੇ। ਇਸੇ ਕਰਕੇ ਦੇਖੋ ਸਾਡੇ ਅਮੈਰੀਕਾ 'ਚ ਵੀ 99% ਲੋਕ ਕਹਿੰਦੇ ਆ ਕਿ ਕੀਰਤਨ ਲਾਈਨ 'ਚ ਗੁਜ਼ਾਰਾ ਨਹੀਂ ਹੈਗਾ, ਉਹ ਕੰਮ ਕਰਦੇ ਨੇ, ਕੋਈ ਟਰੱਕ ਚਲਾ ਰਿਹਾ, ਕੋਈ ਟੈਕਸੀ ਚਲਾ, ਕੀ ਲੋੜ ਪਈ ਹੈ? ਵੇਖੋ ਇਹ ਮਹਾਰਾਜ ਦਾ ਇਹ ਐਡਾ ਵੱਡਾ ਇਹ ਕੰਮ ਹੈਗਾ ਵੈ, ਤੁਸੀਂ ਸੰਗਤ ਜੋੜ ਰਹੇ ਹੋ, ਉਹਦੇ ਉਹ ਪਰਮਾਤਮਾ ਦੇ ਨਾਲ ਜੋੜ ਰਹੇ ਹੋ, ਅਤੇ ਉਹਨਾਂ ਨੂੰ ਦੇਖੋ ਇਸ ਕਰਕੇ ਕੀ ਲੋੜ, ਉਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਪੈ ਗਈ? ਕਿ ਇਹ ਕੰਮ ਛੱਡ ਕੇ ਵੇਖੋ, ਜਿਹੜਾ ਬੰਦਾ ਇੱਕ ਕੰਮ ਕਰਦਾ ਨਾ, ਉਹਦਾ ਹਮੇਸ਼ਾ ਧਿਆਨ ਰਹਿੰਦਾ ਕਿ ਮੈਂ ਇਹ ਕੰਮ ਨੂੰ ਵਧੀਆ ਢੰਗ ਨਾਲ ਕਰਾਂ, ਅਤੇ ਜਦੋਂ ਬੰਦਾ ਇਹ ਕੰਮ ਨੂੰ ਪਾਰਟ ਟਾਈਮ ਕਰ ਲਏਗਾ, ਫਿਰ ਇਹ ਪਾਰਟ ਟਾਈਮ ਲੱਗੇਗਾ ਜੀ, ਅਤੇ ਮਤਲਬ ਸਾਰੇ ਬੰਦੇ ਇੱਥੇ ਕੰਮ ਕਰਦੇ ਨੇ ਵੀ, ਮਤਲਬ ਕੋਈ ਟਰੱਕ ਚਲਾ ਰਿਹਾ। ਇਹੋ ਕਾਰਨ ਹੈ ਜੀ, ਕੀਰਤਨ ਛੱਡ ਕੇ ਜੇ ਕੋਈ ਟਰੱਕਾਂ 'ਤੇ ਜਾਂ ਕੋਈ ਹੋਰ ਕਾਰੋਬਾਰ ਕਰਦੇ, ਕਾਰਨ ਇਹੀ ਹੈ ਵੀ ਗੁਰੂ ਘਰਾਂ ਦੇ ਵਿੱਚੋਂ ਜਿਹੜੀ ਮਾਇਆ ਆਉਂਦੀ ਹੈ, ਉਹਨਾਂ ਦੇ ਨਾਲ ਨਹੀਂ ਘਰ ਦਾ ਗੁਜ਼ਾਰਾ ਹੁੰਦਾ, ਹੁਣ ਮੇਰੇ ਖਿਆਲ ਤਾਂ ਹੀ ਜਾਂਦੇ ਨੇ ਸਾਰੇ। ਹੁਣ ਮੈਂ ਤੁਹਾਨੂੰ ਆਪਣੀ ਬੇਨਤੀ ਕੀਤੀ ਵੀ ਮੇਰਾ ਛੋਟਾ ਜਿਹਾ ਮਹਾਰਾਜ ਨੇ ਬਿਜ਼ਨਸ ਦਿੱਤਾ ਆ, ਮੇਰੇ ਬੇਟੇ ਉਹ ਕਰਦੇ ਨੇ, ਅਤੇ ਮੈਂ ਕੀਰਤਨ ਤੱਕ ਸਮਰਪਿਤ ਹਾਂ, ਅਤੇ ਜਿਹੜੀ ਜ਼ਿੰਦਗੀ ਹੈਗੀ ਮੈਂ ਕਹਿੰਦਾ ਵੀ ਕੀਰਤਨ ਵਿੱਚ ਹੀ ਨਹੀਂ ਬੁਝਿਆ, ਮੇਰੀ ਤਾਂ ਇਹ ਅਰਦਾਸ ਹੈ। ਹਾਂਜੀ ਭਾਈ ਸਾਹਿਬ, ਸਾਨੂੰ ਤੁਸੀਂ ਹੋਰ ਕੋਈ ਇੱਕ ਸ਼ਬਦ ਬਿਲਕੁਲ ਸੁਣਾਓ। ਬਿਲਕੁਲ, ਪੁਰਾਤਨ ਬੰਦਿਸ਼ ਹੈ, ਲਓ ਪੁਰਾਤਨ ਬੰਦਿਸ਼। Thank you.
ਇੰਗਲੈਂਡ ਦਾ ਅਤੇ ਅਮੈਰੀਕਾ 'ਚ ਕੀ ਫਰਕ ਤੁਹਾਨੂੰ ਲੱਗਿਆ? ਤੁਸੀਂ ਅਮੈਰੀਕਾ ਵੀ ਆਏ ਹੋ, ਇਸ ਤੋਂ ਬਾਅਦ ਤੁਹਾਨੂੰ ਮੈਂ ਪੁੱਛਾਂਗਾ ਇੰਡੀਆ ਦਾ ਕੀ ਫਰਕ ਹੈ, ਪਹਿਲਾਂ ਅਮੈਰੀਕਾ ਅਤੇ ਇੰਗਲੈਂਡ ਦਾ ਤੁਸੀਂ ਦੱਸੋ। ਅਸਲ ਦੇ ਵਿੱਚ ਦੇਖੋ ਨਾ, ਜਿਹੜੀ ਮਾਇਆ ਗੁਜ਼ਰਾਨ ਹੈ, ਜਿਹੜਾ ਕੀਰਤਨ ਸਾਡੀ ਰੋਹ ਦੀ ਖੁਰਾਕ ਹੈ, ਕਿਰਤ ਅਤੇ ਕੀਰਤੀ, ਕੀਰਤੀ ਕੀਰਤਨ ਹੈ ਅਤੇ ਕਿਰਤੋ ਆ ਜਿਹਨੂੰ ਆਪਾਂ ਗੁਜ਼ਰਾਨ ਕਹਿੰਦੇ, ਉਹਦੇ ਨਾਲ ਨਾਲ ਸਾਨੂੰ ਮਾਇਆ ਦੀ ਵੀ ਲੋੜ ਹੈ, ਜਿਹਦੇ ਨਾਲ ਸਾਡੇ ਘਰਾਂ ਦੇ ਖਰਚੇ, ਬੱਚਿਆਂ ਦੀ ਐਜੂਕੇਸ਼ਨ, ਜਾਂ ਆਪਾਂ ਵੀ ਜਿਵੇਂ ਦੁਨੀਆਦਾਰੀ 'ਚ ਹੋਰ ਲੋਕ ਗੱਡੀਆਂ ਲੈਂਦੇ ਨੇ, ਕੀਰਤੀਆਂ ਨੇ ਵੀ ਗੱਡੀਆਂ ਲੈਣੀਆਂ ਹੁੰਦੀਆਂ ਅਤੇ ਉਹਨਾਂ ਦੀਆਂ ਕਿਸ਼ਤਾਂ, ਅਤੇ ਉਹ ਖਰਚਿਆਂ ਵਾਸਤੇ ਤੁਹਾਨੂੰ ਮਾਇਆ ਜ਼ਰੂਰਤ ਹੈ ਮਾਇਆ ਦੀ। ਅਤੇ ਇੰਗਲੈਂਡ ਨੂੰ ਮੈਂ ਨਿੰਦਦਾ ਨਹੀਂ, ਕਿਉਂਕਿ ਉੱਥੇ ਮੈਂ 25 ਸਾਲ ਤੋਂ ਰਹਿ ਰਿਹਾ ਔਰ ਗੁਰੂ ਘਰ ਵਿੱਚ ਰਹਿ ਕੇ ਹੀ ਪੱਕਾ ਹੋਇਆ ਮੈਂ। ਹਾਂਜੀ, ਅਤੇ ਪਰ ਜਿੱਥੇ ਮਾਇਆ ਦੀ ਗੱਲ ਆ ਗਈ, ਹੁਣ ਤੁਸੀਂ ਤੁਹਾਨੂੰ ਦੱਸਿਆ ਵੀ ਉਹ ਆਨੰਦ ਕਾਰਜ ਦੀ ਸੇਵਾ ਕਿਤੇ ਕਰਨ ਜਾਓ, ਕਹਿੰਦੇ ਜੀ ਭਾਈ ਸਾਹਿਬ ਜੀ ਅਸੀਂ ਤਾਂ 100 ਜਾਂ 125 ਪਾਉਂਡ ਉੱਕਾ ਪੁੱਕਾ ਹੀ ਦਿੰਦੇ ਹਾਂ, ਬਾਕੀ ਸਾਰੀ ਮਾਇਆ ਗੋਲਕ ਵਿੱਚ ਜਾਣੀ ਹੈ, ਅਤੇ ਜੇ ਮਿੰਤਕ ਦਾ ਸਮਾਗਮ ਹੋਵੇ ਉਹਦੇ ਵਿੱਚ ਵੀ। ਅਤੇ ਮੈਂ ਇੱਥੇ ਤੱਕ ਵੀ 2-4 ਕਮੇਟੀਆਂ ਨੇ ਮੇਰੀ ਗੱਲ ਹੋਈ, ਮੈਂ ਕਹਿੰਦਾ ਰਿਹਾ, ਮੈਂ ਕਿਹਾ ਵੀ ਇਹ ਤੁਹਾਡੇ ਜਿਹੜੇ ਇੰਪਲਾਈ ਹੈ ਉਹਨਾਂ ਤੱਕ ਗੱਲ ਸੀਮਿਤ ਠੀਕ ਹੋ ਸਕਦੀ, ਕਿਉਂਕਿ ਤੁਸੀਂ ਕਈ ਹੁਣ ਮੰਨ ਲਈ, ਪਰ ਜਿਹੜੇ ਪ੍ਰਾਈਵੇਟ ਕੀਰਤਨੀ ਕਿਤੇ ਆਨੰਦ ਕਾਰਜ ਕਰਾਉਣ ਜਾਂਦੇ, ਉਹਨਾਂ 'ਤੇ ਗੱਲ ਲਾਗੂ ਨਹੀਂ ਹੋਣੀ ਚਾਹੀਦੀ, ਪਰ ਉਹ ਕਰਦੇ ਨੇ, ਇਹ ਵੀ ਕਾਰਨ ਅਮਰੀਕਾ ਆਉਣ ਦਾ। ਅਤੇ ਮੈਂ ਚਾਹੁੰਦਾ ਕਿ ਤੁਸੀਂ ਸਾਨੂੰ ਇੱਕ ਹੋਰ ਸ਼ਬਦ ਸਭ ਤਨ ਅਰਪੀ, ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਤੇ ਸਾ, ਅਰਪੀ ਸਭ ਤੇ ਸਿਰ ਅਰਪੀ ਤੇ ਸਮੀਤ ਪਿਆਰੇ, ਸਿਰ ਅਰਪੀ ਤੇ ਸਮੀਤ ਪਿਆਰੇ, ਸਿਰ ਅਰਪੀ ਤੇ ਸਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸ਼ਾ, ਜੋ ਪ੍ਰਭ ਦੇ ਸੰਦੇਸ਼ਾ, ਸਭ ਤਨ ਆਨੰਦ ਦੀ ਵਰਖਾ ਹੋ ਰਹੀ ਹੈ, ਉਹ ਹੈ ਕਿਆ ਬਾਤ ਹੈ। ਅੱਛਾ ਭਾਈ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇੱਕ, ਕਿ ਜਦੋਂ ਤੁਸੀਂ ਸਿੱਖਦੇ ਸੀ, ਸਿੱਖਣ ਦੇ ਦੌਰਾਨ ਤੁਹਾਨੂੰ ਕੀ ਮੁਸ਼ਕਲਾਂ ਆਈਆਂ, ਉਸ ਬਾਰੇ ਕੋਈ ਦੱਸੋ। ਕੋਈ ਜਦੋਂ ਤੁਸੀਂ ਸਿੱਖਣ ਜਾਂਦੇ ਸੀ, ਉਸਤਾਦ ਲੋਕਾਂ ਕੋਲ ਜਾਂਦੇ ਰਹੇ ਹੋ, ਤੁਹਾਨੂੰ ਕਾਫੀ ਮੁਸ਼ਕਲਾਂ ਸਾਰਿਆਂ ਨੂੰ ਆਉਂਦੀਆਂ, ਬਿਲਕੁਲ, ਪਰ ਮੈਂ ਚਾਹੁੰਦਾ ਕਿ ਤੁਸੀਂ ਸਾਨੂੰ ਇਸ ਬਾਰੇ ਦੱਸੋ। ਜਦੋਂ ਸਿੱਖਣ ਜਾਂਦਾ ਰਿਹਾ ਮੈਂ ਜੀ, ਇੱਕ ਤਾਂ ਉਸ ਵੇਲੇ ਗਰੀਬੀ ਬਹੁਤ ਸੀ, ਪਿਤਾ ਜੀ ਪਿੰਡ ਵਿੱਚ ਗ੍ਰੰਥੀ ਸੀਗੇ, ਉਸ ਪਿੰਡ 'ਚ ਬੁੱਢਾ ਸਿੰਘ ਜਿੱਥੇ ਮੇਰਾ ਜਨਮ ਹੋਇਆ, ਅਤੇ ਸਾਈਕਲਾਂ ਦਾ ਉਦੋਂ ਯੁੱਗ ਸੀਗਾ, ਸਾਈਕਲ ਹੀ ਮਸਾਂ ਮਿਲਦੇ, ਸਾਈਕਲ ਨਹੀਂ ਮਿਲਦੇ ਹੁੰਦੇ, ਅਤੇ ਕਈ ਵਾਰ ਸਾਈਕਲ 'ਤੇ ਜਾਣਾ, 2 ਮੀਲ ਸੀਗਾ ਮੇਨ ਰੋਡ ਤੋਂ ਪਿੰਡ ਸਾਡਾ, ਉੱਥੋਂ ਤੁਰ ਕੇ ਜਾਣਾ, ਕਈ ਵਾਰੀ ਟੈਂਪੂ 'ਤੇ, ਸਾਈਕਲ ਤਾਂ ਫਿਰ ਇੱਕੋ ਹੀ ਹੁੰਦਾ ਸੀ, ਬਾਪੂ ਹੁਣੀ ਲੈ ਜਾਂਦੇ ਹੁੰਦੇ ਸੀ ਕਦੇ ਜਾਣਾ, ਅਤੇ ਉਹ ਸਿੱਖਣ ਜਾਣਾ, ਜਿਹੜੇ ਢੋਲਕ ਦੀ ਗੱਲ ਆ ਗਈ, ਉਹ ਢੋਲਕ ਮੈਨੂੰ ਉਸਤਾਦ ਮੇਰਾ ਘਰ ਆ ਕੇ ਸਿਖਾਉਂਦੇ ਨੇ, ਉਹਨਾਂ ਨੇ ਮਿਹਰਬਾਨੀ ਕੀਤੀ ਮੇਰੇ 'ਤੇ। ਅਤੇ ਮੁਲਤਾਨੀ ਸਾਹਿਬ ਕੋਲ ਮੈਂ ਜਾਂ ਟੈਂਪੂ 'ਤੇ ਜਾਂ ਬੱਸੇ ਸਿੱਖਣ ਜਾਂਦਾ ਸੀ, ਉੱਥੋਂ 8-10 ਮੀਲ ਸੀਗਾ, 8-10 ਮੀਲ ਸੀ ਉਸ ਵੇਲੇ। ਉਦੋਂ ਏਜ ਤੁਹਾਡੀ ਕਿੰਨੀ ਸੀ? 10-11 ਸਾਲ। ਦੇਖੋ 10-11 ਸਾਲ ਦੀ ਏਜ ਦੇ ਵਿੱਚ, ਹੁਣ ਮੈਨੂੰ 40 ਸਾਲ ਹੋ ਗਿਆ ਜੀ ਐਜ ਏ ਸਹਾਇਕ, ਅਤੇ ਵਿੱਚ 25 ਸਾਲ ਹੁਣ ਮੈਨੂੰ ਐਜ ਏ ਮਤਲਬ ਜਥੇਦਾਰ ਕੀਰਤਨ ਕਰਦਿਆਂ ਹੋ ਗਿਆ ਜੀ। ਅਤੇ ਮੈਂ ਅੱਜ ਵੀ ਗੁਣੀ ਜਨ ਜਿੰਨੇ ਵੀ ਨੇ ਵਿਦਵਾਨ ਕੀਰਤਨੀਏ ਨੇ, ਉਹਨਾਂ ਨੂੰ ਅੱਜ ਵੀ ਸੁਣਦਾ, ਸਾਰਿਆਂ ਨੂੰ, ਸਰੋਤ ਮੇਰੀ ਹੁਣ ਵੀ ਇੱਦਾਂ ਹੀ ਆ,
ਜਦੋਂ ਮੇਰਾ ਵਿਆਹ ਹੋਇਆ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਜੀ। ਅੱਛਾ ਜੀ। ਜਿੰਨਾ ਚਿਰ ਮੈਂ ਸੌਂਦਾ ਨਹੀਂ ਤੇ ਕੀਰਤਨ ਚੱਲਦਾ ਰਹਿੰਦਾ ਹੁੰਦਾ ਸੀ ਕਲਾਸੀਕਲ ਵਿੱਚੇ ਲਾਈਟ, ਤੇ ਮੈਂ ਸੌਂ ਜਾਣਾ ਤੇ ਮੇਰੀ ਗ੍ਰਹਿਣੀ ਨੇ ਘਰ ਵਾਲੀ ਨੇ ਫਿਰ ਕਹਿਣਾ ਵੀ ਹੁਣ ਸੌਂ ਗਏ ਆ ਤੇ ਮੈਂ ਬੰਦ ਕਰ ਦਿੱਤਾ। ਬਹੁਤ ਸਾਥ ਦਿੱਤਾ ਮੇਰੇ ਪਰਿਵਾਰ ਨੇ। ਅੱਛਾ, ਇਹਦੇ ਵਿੱਚ ਹੀ ਵੀ ਹੈ ਕਿ ਮੈਂ ਦੇਖਿਆ ਕਿ ਜਿਹੜੇ ਸੁਰੀਲੇ ਕੀਰਤਨੀ ਹੈ ਜੀ, ਸੁਰੀਲੇ ਗਜ਼ਲ ਗਾਇਕ ਨੇ, ਉਹ ਸੁਣਦੇ ਵਧੀਆ ਨੇ ਜੀ। ਤੁਹਾਡਾ ਕੀ ਵਿਚਾਰ ਕਿ ਸਾਨੂੰ ਵਧੀਆ ਸੁਣਨਾ ਚਾਹੀਦਾ? ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ, ਮੈਂ ਸੁਣਦਾ ਸੀ ਉਸਤਾਦ ਸਲਾਮ ਖਾਨ ਸਾਹਿਬ। ਅੱਛਾ। ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ, ਜਿਵੇਂ ਆਪਾਂ ਹੁਣ ਸਵਾਲ ਜਵਾਬ ਦੇ ਨਾਲ ਆਪਾਂ ਗੁਰੂ ਦਾ ਸ਼ਬਦ ਵੀ ਸਰਵਣ ਕਰ ਰਹੇ ਹਾਂ ਜਾਂ ਸੁਣਾ ਰਹੇ ਹਾਂ, ਉਹ ਕਹਿੰਦੇ ਵੀ ਉਸਤਾਦ ਜੀ ਸਿੱਖਣਾ ਕਿੰਨਾ ਕੁ ਜ਼ਰੂਰੀ ਹੈ। ਉਹਨਾਂ ਦਾ ਜਿਹੜਾ ਜਵਾਬ ਸੀ ਉਹ ਮੇਰੇ ਜ਼ਿਹਨ 'ਚ ਵਸਿਆ ਆ, ਇਹ ਮਰਦੇ ਦਮ ਤੱਕ ਰਹੇਗਾ। ਉਹ ਕਹਿੰਦੇ ਵੀ ਸਿੱਖਣਾ ਬਹੁਤ ਜ਼ਰੂਰੀ ਹੈ, ਜਿੰਨਾ ਵੱਧ ਤੋਂ ਵੱਧ ਸਿੱਖ ਸਕੋ, ਪਰ ਉਹਦੇ ਨਾਲ ਇੱਕ ਰਹਿਮਤ ਵੀ ਚਾਹੀਦੀ ਹੈ। ਕਈ ਬਹੁਤ ਸਿੱਖੇ ਹੁੰਦੇ ਨੇ, ਗਲੇ ਵਿੱਚ ਉਹਨਾਂ ਦੀ ਮਿਠਾਸ ਨਹੀਂ ਹੁੰਦੀ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਵੈਸੇ ਇਹ ਨਹੀਂ ਕਹਿੰਦਾ ਵੀ ਆਪਾਂ ਬਹੁਤ ਸੁਰੀਲੇ ਹਾਂ ਸਿਆਣੇ, ਨਹੀਂ, ਇਹਦਾ ਅੰਤ ਹੀ ਕੋਈ ਨਹੀਂ, ਇਹ ਸਮੁੰਦਰ ਹੈ ਜੀ। ਇਹ ਤਾਂ ਸਰੋਤ ਬੜੀ ਜ਼ਰੂਰੀ ਹੈ ਜੀ, ਸਿੱਖਣਾ ਜ਼ਰੂਰੀ ਬਹੁਤ ਹੈ, ਸੁਣਨਾ ਬਹੁਤ ਜ਼ਰੂਰੀ। ਮੇਰੇ ਖਿਆਲ ਜਿੰਨਾ ਬੰਦਾ ਸੁਣ ਕੇ ਸਿੱਖਦਾ ਨਾ, ਉਨਾ ਸਿੱਖ ਕੇ ਨਹੀਂ ਸਿੱਖਦਾ। ਮੈਂ ਤੁਹਾਨੂੰ ਸੱਚੀ ਗੱਲ ਆਪਣੀ ਦੱਸਾਂ, ਮੈਂ ਉਹਨਾਂ ਸਿੱਖਿਆ ਨਹੀਂ ਜਿੰਨਾ ਮੈਂ ਸੁਣ ਸੁਣ ਕੇ ਮੈਨੂੰ ਗੁਰੂ ਨੇ ਮੈਨੂੰ ਦਾਤ ਦਿੱਤੀ ਹੈ। ਬਹੁਤ ਸੁਣ, ਹੁਣ ਤੱਕ ਤਕਰੀਬਨ ਚੱਲਦਾ ਰਹਿੰਦਾ ਜੀ, ਨਿਰੰਤਰ ਹੈ ਸਿੱਖਣਾ। ਆਪਣੇ ਤੋਂ ਜਿੰਨੇ ਸੀਨੀਅਰ ਆ, ਜ਼ਰੂਰੀ ਨਹੀਂ ਸੀਨੀਅਰ, ਕਈ ਵਾਰੀ ਜਿਹੜੇ ਤੁਸੀਂ ਨਹੀਂ ਵੀ ਸੁਣਨਾ ਚਾਹੋ ਉਹਨਾਂ ਵਿੱਚੋਂ ਵੀ ਤੁਹਾਨੂੰ ਕੋਈ ਨਾ ਕੋਈ ਕਿਣਕਾ ਮਾਤਰ ਮਿਲ ਜਾਂਦਾ, ਅਤੇ ਲੈਣਾ ਚਾਹੀਦਾ ਜੀ। ਕਿਆ ਬਾਤ! ਅਤੇ ਮੈਂ ਚਾਹੁੰਦਾ ਕਿ ਭਾਈ ਸਾਹਿਬ ਹੋਰ ਇੱਕ ਸਾਨੂੰ ਤੁਸੀਂ ਸ਼ਬਦ ਦੀ ਕੰਪੋਜੀਸ਼ਨ ਸੁਣਾਓ। ਸਤਿਗੁਰੂ, ਠੀਕ ਹੈ ਜੀ। ਅੱਛਾ, ਕਿਹੜੀ ਤਾਲ 'ਚ ਸੁਣਾ ਰਹੇ ਜੀ? 10 ਮਾਤਰਾ। ਵਾਹ, ਚਪਤਾ। ਅੱਛਾ, ਇਹ ਚਪਤਾ ਜੀ, ਅਤੇ ਇਹਦਾ ਚਪਤਾਲ ਜਿਹੜੀ ਹੈ ਇਹਦੇ 'ਚ ਵੀ ਕਿੰਨੀਆਂ ਮਾਤਰਾ ਹੈਗੀਆਂ ਵੈਸੇ? 10 ਮਾਤਰਾ। 10 ਮਾਤਰਾ ਜੀ, ਬਿਲਕੁਲ। ਕਿਆ ਜੀ, ਵਾਹ ਜੀ। ਮਤਲਬ ਅਲੱਗ ਅਲੱਗ ਤਾਲਾਂ 'ਚ ਅਲੱਗ ਅਲੱਗ ਬੀਟਸ ਹੈਗੀਆਂ? ਬਿਲਕੁਲ ਬਿਲਕੁਲ ਬਿਲਕੁਲ। ਕਿਸੇ ਦਾ ਕੈਰ ਵਿੱਚ 8 ਮਾਤਰਾ ਹੈ, ਦਾਦ ਵਿੱਚ 6 ਹੈ, ਰੂਪਕ 'ਚ 7 ਹੈ। ਕੈਰ ਵਿੱਚ ਮਾਤਰਾ 8 ਹੀ ਨੇ। ਹੁਣ ਬੜੇ ਤਰ੍ਹਾਂ ਦੇ ਉਸਤਾਦ ਲੋਕ ਤਕਰਬਾ ਵਜਾਉਂਦੇ ਨੇ, ਕਈ ਵਾਰੀ ਕਹਿਰਬਾ ਇੱਦਾਂ ਦਾ ਵਜਾਉਂਦੇ ਨੇ ਤੁਸੀਂ ਸਮਝ ਨਹੀਂ ਸਕਦੇ ਹੋ, ਕਿਉਂਕਿ ਉਹਨਾਂ ਦਾ ਅੰਦਾਜ਼ ਆਪੋ ਆਪਣਾ ਹੈ। ਜਿਵੇਂ ਭੈਰਵੀ ਸਦਾ ਸੁਹਾਗਣ ਨਾ, ਇਸੇ ਤਰ੍ਹਾਂ ਕਹਿਰਬੇ ਦੇ ਵਿੱਚ ਬਹੁਤ ਮਤਲਬ ਢੰਗ ਨੇ ਵਜਾਉਣ ਦੇ। ਉਸਤਾਦ ਤਾਰੀ ਖਾਨ ਸਾਹਿਬ ਮਹਾਰਾਜ ਉਹਨਾਂ ਕੋਲ ਜਿੰਨੇ ਮਾਨੀ ਤਰ੍ਹਾਂ ਦਾ ਤੁਸੀਂ ਸੁਣੀ ਜਾਈਏ।
ਮੈਂ ਚਾਹੁੰਦਾ ਕਿ ਤੁਸੀਂ ਸਾਨੂੰ ਦੱਸੋ ਕਿ ਤੁਹਾਨੂੰ ਮਾਨ ਸਨਮਾਨ ਤੇ ਦੇਖੋ ਜਦੋਂ ਤੁਸੀਂ ਕੀਰਤਨ ਕਰਦੇ ਹੋ ਉਹ ਸਾਡੇ ਲਈ ਮਾਨ ਸਨਮਾਨ ਹੀ ਹੈ ਜੀ ਹਾਂਜੀ ਤੇ ਪਰ ਮੈਂ ਚਾਹੁੰਦਾ ਕਿ ਤੁਸੀਂ ਸਾਨੂੰ ਦੱਸੋ ਤੁਹਾਨੂੰ ਕਿੱਥੋਂ ਮਾਨ ਸਨਮਾਨ ਮਿਲਿਆ ਮੈਂ ਜੀ ਜਦੋਂ ਪਹਿਲੀ ਵਾਰੀ ਥਾਈਲੈਂਡ ਗਿਆ ਜੀ ਉੱਥੇ ਵੀ ਇੱਕ ਨਾ ਕਹਾਵਤ ਹੈ ਆਪ ਜੀ ਵੀ ਜੇ ਗਏ ਹੋਵੋ ਉਹ ਕਹਿੰਦੇ ਵੀ ਜਿਹੜਾ ਕੀਰਤਨੀਆ ਇੱਥੋਂ ਸਾਡੇ ਥਾਈਲੈਂਡ ਤੋਂ ਪਾਸ ਕਰਤਾ ਨਾ ਅਸੀਂ ਥਾਈਲੈਂਡ ਔਰ ਸਿੰਗਾਪੁਰ ਤੋਂ ਮਲੇਸ਼ੀਆ ਤੋਂ ਉਹ ਦੁਨੀਆ ਦੀ ਕਿਸੇ ਕੋਨੇ ਵਿੱਚ ਵੀ ਉਹਨੂੰ ਕੋਈ ਫੇਲ ਨਹੀਂ ਕਰ ਸਕਦਾ ਮਤਲਬ ਇੰਨੀ ਕੁ ਉੱਥੇ ਸਰੋਤ ਜ਼ਿਆਦੀ ਆ ਥਾਈ ਮਲੇਸ਼ੀਆ ਸਿੰਗਾਪੁਰ ਬਹੁਤ ਜੀ ਕਲਾਸੀਕਲ ਲਾਈਟ ਬੱਚੇ ਐਸਾ ਐਸਾ ਕੀਰਤਨ ਕਰਦੇ ਨੇ ਵੀ ਕੀਰਤਨੀ ਸਿੰਘਾਂ ਨੂੰ ਕਈ ਵਾਰੀ ਸੋਚ ਪੈ ਜਾਂਦੀ ਵੀ ਹੁਣ ਮੈਂ ਇਦੂ ਬਾਅਦ ਕਿਹੜਾ ਤਾਲ ਪੜ੍ਹਨਾ ਜਾਂ ਕਿਹੜਾ ਇਹ ਤਾਲ 'ਚ ਮੈਂ ਸ਼ਬਦ ਗਾਇਨ ਕਰਨਾ ਨਹੀਂ ਉੱਥੇ ਕੀ ਕਾਰਨ ਕੀ ਹੈ ਕਿ ਸਰੋਤ ਦੇਖੋ ਕਿਤੇ ਵੀ ਸਰੋਤ ਬਣਾਉਣੀ ਜਾਂ ਸਰੋਤ ਕਿਤੇ ਹੋਣੀ ਉਹਦੇ ਵਿੱਚ ਕਈ ਉਸਤਾਦਾਂ ਦਾ ਯੋਗਦਾਨ ਹੁੰਦਾ ਤੁਹਾਡੇ ਮੁਤਾਬਕ ਕਿੱਦਾਂ ਉੱਥੇ ਕਿਉਂ ਇੱਦਾਂ ਵੈ ਕਿਉਂਕਿ ਇਹ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਚੀਜ਼ ਹੈ ਨਾ ਸਰੋਤ ਹਰ ਜਗ੍ਹਾ ਹੋਣੀ ਚਾਹੀਦੀ ਜੀ ਅਤੇ ਇਹ ਉਹ 'ਚ ਕੀ ਫਰਕ ਹੈਗਾ ਜੀ ਸਿੰਗਾਪੁਰ ਜਾਂ ਤੁਸੀਂ ਗੱਲ ਕਰ ਰਹੇ ਹੋ ਉਹ ਇੰਡੀਆ ਤੋਂ ਉਸਤਾਦ ਮੰਗਾਉਂਦੇ ਨੇ ਜੀ ਬੱਚਿਆਂ ਨੂੰ ਸਿਖਲਾਈ ਦੇਣ ਵਾਸਤੇ ਅੱਛਾ ਅੱਛਾ ਅਸੀਂ ਖੁਦ ਹੈਰਾਨ ਸੀ ਵੀ ਇਹਨਾਂ ਕੰਟਰੀਆਂ 'ਚ ਰਹਿ ਕੇ ਬੱਚਿਆਂ ਕੋਲ ਏਡੇ ਏਡੇ ਵੱਡੇ ਵੱਡੇ ਤਾਲ ਸਰੀਲਾਪਨ ਬੱਚਿਆਂ 'ਚ ਮੇਰੇ ਲੂੰ ਕੰਢੇ ਹੁਣ ਵੀ ਖੜ੍ਹੇ ਹੋ ਗਏ ਅਤੇ ਉਹ ਇੰਡੀਆ ਤੋਂ ਉਸਤਾਦਾਂ ਨੂੰ ਬੜੀ ਵਧੀਆ ਪੇ ਦੇ ਕੇ ਅਤੇ ਉੱਥੇ ਬੱਚਿਆਂ ਨੂੰ ਸਿਖਲਾਈ ਦਿੰਦੇ ਨੇ ਫਿਰ ਜਿਹੜਾ ਕੀਰਤਨੀਆਂ ਉੱਥੇ ਜਾਂਦਾ ਆ ਉਸ ਵੇਲੇ ਹਦਾਇਤ ਸੀ ਕੰਨ ਵਿੱਚ ਜੁਰਮ ਗਏ ਵੀ ਭਾਈ ਸਾਹਿਬ ਜਦੋਂ ਤੁਹਾਡੇ ਨਾਲ ਕੰਟਰੈਕਟ ਕਰਦੇ ਆ ਵੀ ਤੁਹਾਨੂੰ ਬੱਚਿਆਂ ਨੂੰ ਨਾਲ ਕੀਰਤਨ ਦੀ ਸਿਖਲਾਈ ਵੀ ਦੇਣੀ ਆ ਮਤਲਬ ਜਾਂਦੇ ਉਹੀ ਸਨ ਕਿ ਜਿਹੜੇ ਉਸਤਾਦ ਹੁੰਦੇ ਸੀ ਜਿਹੜੇ ਸਿਖਾ ਸਕਦੇ ਨਹੀਂ ਜੀ ਉੱਥੇ ਤਕਰੀਬਨ ਜਿੱਦਾਂ ਨਾ ਕਹਿੰਦੇ ਹੁੰਦੇ ਵੀ ਮਤਲਬ ਪਾਰਖੂ ਬਹੁਤ ਪਰਕੇ ਉਹਨਾਂ ਕੋਲ ਪਹਿਲਾਂ ਕੈਸਟਾਂ ਦਾ ਯੁੱਗ ਹੁੰਦਾ ਸੀ ਉਦੋਂ ਹੁਣ ਤਾਂ ਹੈ ਨਹੀਂ ਕੈਸਟਾਂ ਦਾ ਯੁੱਗ ਕੈਸਟ ਮੰਗਵਾਉਂਦੇ ਹੁੰਦੇ ਸੀ ਉਹਨਾਂ ਦੀ ਇੱਕ ਟੀਮ ਬਹਿੰਦੀ ਸੀ ਅੱਛਾ ਜੀ ਉਹ ਕੈਸਟ ਸੁਣ ਕੇ ਨਾਲ ਉਸਤਾਦ ਜਿਹੜੇ ਸੱਦੇ ਹੁੰਦੇ ਸੀ ਉਹਨਾਂ ਨੂੰ ਬਾ ਕੇ ਉਹ ਪਾਸ ਕਰਦੇ ਸੀ ਉਸ ਤੋਂ ਬਾਅਦ ਵਾਰੀ ਆਉਂਦੀ ਸੀ ਥਾਈਲੈਂਡ ਉੱਥੇ ਹਰ ਇੱਕ ਨਹੀਂ ਜਾ ਸਕਦਾ ਕੀਰਤਨੀ ਜਾਂਦੇ ਸੀ ਇਹਨਾਂ ਕੰਟਰੀਆਂ ਦੇ ਵੀਜ਼ੇ ਲਾਉਣ ਵਾਸਤੇ ਪਰ ਉਹ ਉਹਨਾਂ ਨੂੰ ਸਿਰਫ ਸੰਡੇ ਇੱਕ ਸ਼ਬਦ ਗਾਇਨ ਕਰਨ ਦਾ ਟਾਈਮ ਮਿਲਦਾ ਸੀ ਜਿਹਨੂੰ 3 ਮਹੀਨੇ ਸਾਦੇ ਹੁੰਦਾ ਸੀ ਉਹ ਬਹੁਤ ਪਰਖ ਤੋਂ ਬਾਅਦ ਉੱਥੇ ਕੀਰਤਨੀਆਂ ਪਹੁੰਚਦਾ ਸੀ ਤੁਸੀਂ ਉੱਥੇ ਵੀ ਕੰਨ ਵਿੱਚ 3 ਮਹੀਨੇ ਵਾਸਤੇ ਅਸੀਂ ਗਏ ਸੀ ਮੈਂ ਉਹਦੇ ਅਜੇ ਸਹਾਇਕ ਸੀਗਾ ਆਪਣੇ ਸਾਈਡ ਤੇ ਸਾਈਡ ਤੇ ਕੀ ਬਾਤ ਹੈ ਭਾਈ ਸਾਹਿਬ ਹਾਂਜੀ ਹਾਂ ਤੇ ਮੈਂ ਚਾਹੁੰਦਾ ਕਿ ਤੁਸੀਂ ਸਾਨੂੰ ਇੱਕ ਸ਼ਬਦ ਹੋਰ ਸੁਣਾਓ ਹੁਣ ਇੱਕ ਸ਼ਬਦ ਹੋਰ ਸਰਵਣ ਕਰੋ ਜੀ ਰਾਗ ਆਸਾ ਰਾਗ ਆਸਾ ਤੇ 12 ਮਾਤਰਾ ਰਾਗ ਆਸਾ ਜਿਹੜਾ ਹੈਗਾ ਜੀ ਅੱਜ ਕਹਿੰਦੇ ਆਸਾ ਦੀ ਵਾਰ ਵੀ ਕਹਿੰਦੇ ਰਾਗ ਆਸਾ ਵਿੱਚ ਆਸਾ ਦੀ ਵਾਰ ਮੈਂ ਗੱਲ ਕਹਿਣੀ ਵੀ ਚਾਹੁੰਦਾ ਸੀ ਤੁਸੀਂ ਬਹੁਤ ਵਧੀਆ ਜਿਹੜਾ ਕੁਐਸਚਨ ਉਹ ਤੁਸੀਂ ਮਤਲਬ ਪੁੱਛਿਆ ਮੈਨੂੰ ਕਿਸੇ ਵਿਦਵਾਨ ਕੀਰਤਨੀ ਨੂੰ ਮੈਂ ਸਰਵਣ ਕਰਦਾ ਸੀ ਅੱਛਾ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਕਹਿੰਦੇ ਜਦੋਂ ਸਾਰੀ ਇੰਟਰਵਿਊ ਖਤਮ ਹੋ ਗਈ ਕਹਿੰਦੇ ਵੀ ਕੋਈ ਮੈਸੇਜ ਕੀਰਤਨੀਆਂ ਨੂੰ ਦੇਣਾ ਚਾਹੋ ਕਹਿੰਦੇ ਮੈਸੇਜ ਨਹੀਂ ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਅੱਜ ਇੱਕ ਟ੍ਰੈਂਡ ਬਣ ਗਿਆ ਆ ਬਈ ਕੀਰਤਨੀਆਂ ਸਾਡੇ ਆਸਰੀ ਵਾਰ ਆਸੇ ਰਾਗ 'ਚ ਗਾਉਂਦੇ ਹੀ ਨਹੀਂ ਗਾਉਂਦੇ ਨਹੀਂ ਉਹ ਕਹਿੰਦੇ ਜੇ ਗੁਰੂ ਰਾਮਦਾਸ ਮਹਾਰਾਜ ਨੇ ਛੰਦ ਮਤਲਬ ਆਸਾ ਦੇ ਵਿੱਚ ਅੰਕਿਤ ਕੀਤੇ ਨੇ ਜਿਵੇਂ ਆਸਰੀ ਵਾਰ ਮਤਲਬ ਸੰਪੂਰਨ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਬੋਲ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਨੇ ਜੇ ਆਸੇ ਵਿੱਚ ਤਾਂ ਸਾਰੀ ਆਸਾ ਦੀ ਵਾਰ ਆਸਾ ਰਾਗ 'ਚ ਹੀ ਗਾਉਣੀ ਚਾਹੀਦੀ ਆ ਜਿਹੜੇ ਤੁਸੀਂ ਸ਼ਬਦ ਗਾਉਣੇ ਆ ਉਹ ਜਿਹੜਾ ਟਾਈਮ ਆ ਜੇ ਭੈਰੋਂ ਦਾ ਟਾਈਮ ਭੈਰੋਂ ਗਾਓ ਹੀਰ ਭੈਰੋਂ ਦਾ ਟਾਈਮ ਉਹ ਗਾ ਲਓ ਬਾਹਰਲੇ ਰਾਗ ਨੇ ਬੇਸ਼ੱਕ ਅਸਾਵਰੀ ਆ ਉਹ ਗਾ ਲਓ ਅਤੇ ਪਰ ਆਸਾ ਦੀ ਵਾਰ ਤਾਂ ਮੈਂ ਉਸ ਦਿਨ ਤੋਂ ਲੈ ਕੇ ਇਹ ਗੱਲ ਮੈਂ 10 ਕੁ ਸਾਲ ਪਹਿਲਾਂ ਸੁਣੀ ਸੀ ਉਸ ਤੋਂ ਬਾਅਦ ਮੈਂ ਅੱਜ ਤੱਕ ਆਸਾ ਦੀ ਵਾਰ ਸਵਾਏ ਆਸੇ ਰਾਗ ਤੋਂ ਬਾਅਦ ਮੈਂ ਕਦੇ ਨਹੀਂ ਜਾਂਦਾ ਸ਼ਬਦ ਜਿਹੜੇ ਮਰਜ਼ੀ ਹੋਰ ਰਾਗਾਂ 'ਚ ਪੜ੍ਹ ਲਓ ਆਸਾ ਦੀ ਵਾਰ ਸੰਪੂਰਨ ਮੈਂ ਆਸਾ ਦੀ ਵਾਰ ਜਿਹੜੀ ਆਸੇ ਰਾਗ 'ਚ ਗਾਉਂਦਾ ਜਿੰਨੀ ਕੁ ਮਹਾਰਾਜ ਨੇ ਮੈਨੂੰ ਦੱਸ ਦਿੱਤੀ ਹੈ ਕੀ ਬਾਤ ਹੈ ਭਾਈ ਸਾਹਿਬ ਜੀ ਅਤੇ ਮੈਂ ਚਾਹੁੰਦਾ ਕਿ ਤੁਸੀਂ ਆਸਾ ਰਾਗ ਦੇ ਵਿੱਚ ਕੋਈ ਸਾਨੂੰ ਸ਼ਬਦ ਸੁਣਾਓ ਬਿਲੋਮ ਮੇਰੇ ਭਾਈ ਹਰ ਕਾ ਬਿਲੋਮ ਨਾ ਬਿਲੋਮ ਮੇਰੇ ਭਾਈ ਹਰ ਕਾ ਬਿਲੋਮ ਸਹਿਜ ਬਿਲੋਮ ਜੈਸ ਤਤ ਨਾ ਜਾ ਸਹਿਜ ਬਿਲੋਮ ਜੈਸ ਤਤ ਹਰ ਕਾ ਬਿਲੋਮ ਨਾ
पर जिन्ना चर किसी दे नाल साइड ते ना ना कोई रहे उन्हों एक्सपीरियंस मेरे ख्याल ओह जिहा नहीं हो सकता, क्योंकि मैं अपने उस्ताद जी दे नाल तकरीबन 10-11 साल कंटिन्यू साइड ते रहा, क्योंकि उन्होंने देखना भी किहड़े समें दा किहड़ा राग पढ़ रहे ने, समा जिहड़ा आ ओह की मंग करदा भी जिहड़ी संगत मोहरे आ भी इत्थे हुण क्लासिकल गायन करना चाहीदा जां नहीं करना चाहीदा। ये तो गुरु रामदास महाराज की मर्यादा है भी पहला शब्द जरूर राग में गायन करो, ये तो मर्यादा है घट तो घट जो सारा कीर्तन नहीं तो मैं मेरी निजी राय है भी वह जरूर किसी की संगत जरूर कर सुन जिन्ना वो तो वो सुन सकते, क्योंकि विद्यालयों जी ना मतलब सिखलाई होंगी है वो 20-25 शब्दों तो वज नहीं होंगी। अच्छा अच्छा जी, इन्ने की होंगे जो 2 साल का कोर्स 30 होंगे, उन्होंने सिर्फ तुम्हें शब्द सिखाने जोड़ा मौका आ ते केड़े टाइम ते ये गल्लां जड़ियां तुहानूं सहायक रह के बहुत सीखण नूं मिलदियां, मेरा अपना निजी एक्सपीरियंस है जी। अच्छा, इत्थे मैं भाई साहब तुहानूं मतलब साडे पुरातन कीर्तनी है भाई बलबीर सिंह जी, मैं 25-30 साल उन्हां नाल तबला वजाया, बिल्कुल तुहानूं सुणदे रहिया जी, सुणदे रहिया तुहानूं, बिल्कुल सुणदे रहिया उन्हां नाल डॉक्टर गुरनाम सिंह जी, वाह जी, उन्हां बारे कुछ जरूर भाई बलबीर सिंह जी बारे, भाई बलबीर सिंह जी ते जिहड़े होए ने ओह इक युग सी जी उन्हां दा। अच्छा जी, मैं अज भी उन्होंने सुनता है, उन्होंने बहुत पुरातन बरसा गाइया ने, तू कौन रे मैं जी नामा साड़ी उन्हें योग्यता नहीं गाने की, पर उन्हें जो गा छड़िया गा उन्हों का बेटे भी सिख रहे ने, भाई साहब भाई सरबजीत सिंह लाडी साहब उन्होंने नाल रहे उन्होंने कुछ सिखते भी रहे ने, तो उन्हों वर्गा युग मैनू लगता नहीं हूँ दोबारा आनी मेहनत कोई करता नहीं जिनी उन्होंने भी पिता पुरख ही कीर्तनी सी आप जी ने तो बहुत टाइम उन्होंने सेवा निभाई आ, गुरु रामदास महाराज के दरबार से मंजी साहब आप जी की मैं संगत सुनता रहा बापू जी उन्होंने नाल भाई बलबीर सिंह जी श्रोमणी लागी, तो गुरु की बहुत बख्शिश सी भाई बख्शीश सिंह जी, प्रिंसीपल बलदेव सिंह जी,
ਭਾਈ ਪ੍ਰਿੰਸੀਪਲ ਮੋਹਨਪਾਲ ਸਿੰਘ ਜੀ, ਡਾਕਟਰ ਗੁਰਨਾਮ ਸਿੰਘ ਜੀ, ਅੱਜ ਉਹ ਇੱਥੇ ਵੀ ਉਹਨਾਂ ਨੂੰ ਮੈਂ ਸੁਣਦਾ, ਉਹਨਾਂ ਦੇ ਭਰਾਤਾ ਡਾਕਟਰ ਜਗੀਰ ਸਿੰਘ ਜੀ, ਉਹਨਾਂ ਦੇ ਭਤੀਜੇ ਨੇ ਮਨਪ੍ਰੀਤ ਸਿੰਘ ਜੀ, ਡਾਕਟਰ ਸਾਹਿਬ ਪਿਛਲੇ ਵੀਕ ਆਪਾਂ ਇਕੱਠੇ ਵੀ ਹੋਏ ਹਾਂ, ਅਤੇ ਬਹੁਤ ਪਰਿਵਾਰ 'ਤੇ ਰਹਿਮਤ ਹੈ, ਗੁਰੂ ਰਹਿਮਤ ਕਰੇ। ਇਹ ਮੇਰਾ ਨਿੱਜੀ ਰਾਏ ਆ ਵੀ ਸਰੋਤ ਰੱਖਣੀ ਬੜੀ ਜ਼ਰੂਰੀ ਹੈ। ਅੱਜ ਮੇਰੇ ਖਿਆਲ ਕਈ ਵਾਰੀ ਕਹਿੰਦੇ ਵੀ ਸਿੱਖੀਆਂ, ਸਾਨੂੰ ਸੁਣਨ ਦੀ ਲੋੜ ਨਹੀਂ, ਸੁਣਨਾ ਚਾਹੀਦਾ, ਸੁਣਨਾ ਚਾਹੀਦਾ ਜਿੰਨਾ ਹੋ ਸਕੇ। ਮਿਹਨਤ ਮੰਗਦੀ, ਧੰਨਵਾਦ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਟਾਈਮ ਸਾਨੂੰ ਦਿੱਤਾ, ਪਰ ਅਸੀਂ ਸਿਰਫ ਇਹੋ ਹੀ ਚਾਹੁੰਦੇ ਸਾਂ ਕਿ ਤੁਹਾਡੇ ਬਾਰੇ, ਤੁਹਾਡੀ ਜੀਵਨੀ ਬਾਰੇ, ਮੁਸ਼ਕਲਾਂ ਕਿੱਦਾਂ ਆਈਆਂ, ਕਿੱਦਾਂ ਤੁਸੀਂ ਸਿੱਖੇ ਹੋ, ਕਿਸ ਤਰ੍ਹਾਂ ਇੱਥੋਂ ਤੱਕ ਪਹੁੰਚੇ ਹੋ, ਸੰਗਤ ਨੂੰ ਪਤਾ ਲੱਗ ਸਕੇ, ਕਿਉਂਕਿ ਪਤਾ ਪਤਾ ਤਾਂ ਹੈਗਾ, ਪਰ ਅਸੀਂ ਚਾਹੁੰਦੇ ਸਾਂ ਕਿ ਤੁਸੀਂ ਟਾਈਮ ਸਾਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇਸ ਕੰਟਰੀ ਵਿੱਚ ਵੀ ਪਹਿਲੀ ਵਾਰੀ ਆਪਣੇ ਉਸਤਾਦ ਜੀ ਭਾਈ ਬਲਕਾਰ ਸਿੰਘ ਮਰਤਾਨੀ ਸਾਹਿਬ ਨਾਲ ਆਇਆ ਸੀ, ਲਗਾਤਾਰ ਅਸੀਂ 2000 ਤੱਕ ਉਹਨਾਂ ਦੇ ਨਾਲ ਹੀ, ਮੈਂ ਕਨੇਡਾ, ਅਮਰੀਕਾ, ਜਰਮਨ ਉਹਨਾਂ ਨਾਲ ਜਾਂਦਾ ਰਹੇ, ਉਹਨਾਂ ਦੀ ਬੜੀ ਰਹਿਮਤ ਰਹੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸੰਗਤਾਂ ਨੇ ਸਨਮੁਖ ਕੀਤਾ ਜੀ, ਥੈਂਕ ਯੂ ਜੀ, ਪਰਉਪਕਾਰੀ ਹੋ ਤੁਸੀਂ ਵੀ ਬਹੁਤ, ਤੇ ਬਹੁਤ ਧੰਨਵਾਦ ਹੈ ਤੁਹਾਡਾ, ਥੈਂਕ ਯੂ ਤੁਸੀਂ ਟਾਈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਦ ਪੜੇ ਪੜ ਬ੍ਰਹਮ ਨੇ ਜਨਮ ਗਵਾਇਆ, ਹਰ ਕਾ ਬਿਨੋ ਨੰਦ ਗਵੋ ਮੇਰੇ ਭਾਈ, ਹਰ ਕਾ ਬਿਨੋ ਸਹਿਜ ਬਿਲੋਵ ਜੈਸ ਤਤ ਨਾ ਜਾਈ, ਸਹਿਜ ਬਿਲੋਵ ਜੈਸ ਤਤ ਨਾ ਜਾਈ, ਬਿਲੋ ਮੇਰੇ ਭਾਈ, ਹਰ ਕਾ ਬਿਲੋਵ ਨੰਦ ਗਵੋ ਮੇਰੇ ਭਾਈ, ਹਰ ਕਾ ਬਿਲੋ। ਚਾਹੁੰਦਾ ਵੇਖੋ ਟਾਈਮ ਦੀ ਕਮੀ ਕਰਕੇ ਜੀ, ਅਤੇ ਸੁਣਨਾ ਤਾਂ ਆਪਾਂ ਹੋਰ ਵੀ ਤੁਹਾਡੇ ਕੋਲ ਬਹੁਤ ਕੁਛ ਚਾਹੁੰਦੇ ਸੀ ਜੀ, ਕੰਪੋਜੀਸ਼ਨਾਂ ਵੀ, ਪਰ ਟਾਈਮ ਦੀ ਕਮੀ ਕਰਕੇ, ਅਤੇ ਮੈਂ ਇਹ ਚਾਹੁੰਦਾ ਕਿ ਤੁਸੀਂ ਜਾਂਦਿਆਂ ਜਾਂਦਿਆਂ, ਮਤਲਬ ਕਿ ਜਿਹੜੇ ਯੰਗ ਜਨਰੇਸ਼ਨ ਅੱਗੋਂ ਨਵੇਂ ਕੀਰਤਨੀ ਆ ਰਹੇ ਨੇ, ਜਿਹੜੇ ਇਸ ਲਾਈਨ 'ਚ ਆ ਰਹੇ ਨੇ, ਕੀਰਤਨ ਲਾਈਨ 'ਚ ਆ ਰਹੇ ਨੇ, ਉਹ ਕੀਰਤਨ ਕਰਨਾ ਚਾਹੁੰਦੇ ਨੇ, ਉਹਨਾਂ ਲਈ ਤੁਹਾਡੇ ਮਤਲਬ ਕੀ, ਉਹਨਾਂ ਲਈ ਕੀ ਵਿਚਾਰ ਹੈ ਤੁਹਾਡੇ, ਮਤਲਬ ਉਹਨਾਂ ਨੂੰ ਕੀ ਕਰਨਾ ਚਾਹੀਦਾ, ਉਹਨਾਂ ਨੂੰ ਸਿੱਖਣਾ ਚਾਹੀਦਾ, ਕੀ ਕਰਨਾ ਚਾਹੀਦਾ, ਜਾਂ ਉਹ ਉਸ ਬਾਰੇ ਜ਼ਰੂਰ ਦੱਸੋ ਕਿ ਜਿਹੜੇ ਉਹ ਇੱਕ ਵਧੀਆ ਕੀਰਤਨੀ ਹੈ ਆਉਣ ਵਾਲੇ ਟਾਈਮ 'ਚ, ਇੱਕ ਵਧੀਆ ਕੀਰਤਨੀ ਹੈ, ਕਿਉਂਕਿ ਤੁਹਾਡਾ ਸਾਰੀ ਲਾਈਫ ਦਾ ਤਜਰਬਾ ਹੈ, ਹਾਂਜੀ ਜੀ, ਤੁਹਾਡੇ ਕਿਉਂਕਿ ਤੁਹਾਡੇ ਪਰਿਵਾਰ ਖਾਨਦਾਨ 'ਚ ਮਤਲਬ 3 ਪੀੜ੍ਹੀਆਂ ਤੋਂ ਕੀਰਤਨ ਚੱਲ ਰਿਹਾ, ਉੱਦਾਂ ਹੀ ਸਾਰੇ ਕੀਰਤਨੀਆਂ ਨੇ, ਅਤੇ ਮੈਂ ਚਾਹੁੰਦਾ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਪਤਾ, ਬੱਚਿਆਂ ਨੂੰ ਪਤਾ ਲੱਗ ਸਕੇ ਜੀ, ਕਿ ਸਾਨੂੰ ਕੀਰਤਨ 'ਚ ਆਹ ਚੀਜ਼ਾਂ ਸਿੱਖ ਕਰਨੀਆਂ ਪੈਣਗੀਆਂ, ਜਿਹਦੇ ਨਾਲ ਉਹ ਇੱਕ ਵਧੀਆ ਕੀਰਤਨੀ ਬਣ ਸਕਣ, ਅਤੇ ਮਤਲਬ ਇਹ ਸੇਵਾ ਕਰ ਸਕਣ। ਮੇਰੀ ਇੱਕ ਨਿੱਜੀ ਰਾਏ ਆ ਜੀ, ਹਾਂਜੀ, ਕਿਉਂਕਿ ਮੈਂ ਉਸੇ ਦੌਰਾਨ ਲੰਘਿਆ, ਸਿੱਖਣਾ ਬੜਾ ਜ਼ਰੂਰੀ ਹੈ, ਅੱਜ ਦੇ ਕੀਰਤਨੀ ਬਹੁਤ ਵਧੀਆ ਸਿੱਖ ਕੇ ਆ ਰਹੇ ਨੇ, ਪਰ ਜਿੰਨਾ ਚਿਰ ਕਿਸੇ ਦੇ ਨਾਲ ਸਾਈਡ 'ਤੇ ਨਾ ਕੋਈ ਰਹੇ, ਉਹਨੂੰ ਐਕਸਪੀਰੀਅੰਸ ਮੇਰੇ ਖਿਆਲ ਉਹੋ ਜਿਹਾ ਨਹੀਂ ਹੋ ਸਕਦਾ, ਕਿਉਂਕਿ ਮੈਂ ਆਪਣੇ ਉਸਤਾਦ ਜੀ ਦੇ ਨਾਲ ਤਕਰੀਬਨ 10-11 ਸਾਲ ਕੰਟੀਨਿਊ ਸਾਈਡ 'ਤੇ ਰਿਹਾ, ਕਿਉਂਕਿ ਉਹਨਾਂ ਨੂੰ ਦੇਖਣਾ ਵੀ ਕਿਹੜੇ ਸਮੇਂ ਦਾ ਕਿਹੜਾ ਰਾਗ ਪੜ੍ਹ ਰਹੇ ਨੇ, ਸਮਾਂ ਜਿਹੜਾ ਆ ਉਹ ਕੀ ਮੰਗ ਕਰਦਾ, ਵੀ ਜਿਹੜੀ ਸੰਗਤ ਮੋਹਰੇ ਆ ਵੀ ਇੱਥੇ ਹੁਣ ਕਲਾਸੀਕਲ ਗਾਇਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਇਹ ਤਾਂ ਗੁਰੂ ਰਾਮਦਾਸ ਮਹਾਰਾਜ ਦੀ ਮਰਜ਼ਾਦਾ ਹੈ ਵੀ ਪਹਿਲਾ ਸ਼ਬਦ ਜ਼ਰੂਰ ਰਾਗ ਵਿੱਚ ਗਾਇਨ ਕਰੋ, ਇਹ ਤਾਂ ਮਰਜ਼ਾਦਾ ਹੈ, ਘੱਟ ਤੋਂ ਘੱਟ ਜੇ ਸਾਰਾ ਕੀਰਤਨ ਨਹੀਂ। ਅਤੇ ਮੈਂ ਮੇਰੀ ਨਿੱਜੀ ਰਾਏ ਆ ਵੀ ਉਹ ਜ਼ਰੂਰ ਕਿਸੇ ਦੀ ਸੰਗਤ ਜ਼ਰੂਰ ਕਰਨ, ਅਤੇ ਸੁਣਨ ਜਿੰਨਾ ਵੱਧ ਤੋਂ ਵੱਧ ਸੁਣ ਸਕਦੇ, ਕਿਉਂਕਿ ਵਿਦਿਆਲਿਆਂ ਵਿੱਚੋਂ ਜਿਹੜੀ ਨਾ ਮਤਲਬ ਸਿਖਲਾਈ ਹੁੰਦੀ ਆ ਉਹ 20-25 ਸ਼ਬਦਾਂ ਤੋਂ ਵੱਧ ਨਹੀਂ ਹੁੰਦੀ। ਅੱਛਾ ਅੱਛਾ ਜੀ, ਇੰਨੇ ਕੀ ਹੁੰਦੇ, ਜਿਹੜਾ 2 ਸਾਲ ਦਾ ਕੋਰਸ 30 ਹੋਣਗੇ, ਉਹਨਾਂ ਨੇ ਸਿਰਫ ਤੁਹਾਨੂੰ ਸ਼ਬਦ ਸਿਖਾਉਣੇ ਨੇ, ਜਿਹੜਾ ਮੌਕਾ ਆ ਅਤੇ ਕਿਹੜੇ ਟਾਈਮ 'ਤੇ, ਅਤੇ ਇਹ ਗੱਲਾਂ ਜਿਹੜੀਆਂ ਤੁਹਾਨੂੰ ਸਹਾਇਕ ਰਹਿ ਕੇ ਬਹੁਤ ਸਿੱਖਣ ਨੂੰ ਮਿਲਦੀਆਂ, ਮੇਰਾ ਆਪਣਾ ਨਿੱਜੀ ਐਕਸਪੀਰੀਅੰਸ ਹੈ ਜੀ। ਅੱਛਾ, ਇੱਥੇ ਮੈਂ ਭਾਈ ਸਾਹਿਬ ਤੁਹਾਨੂੰ ਮਤਲਬ ਸਾਡੇ ਪੁਰਾਤਨ ਕੀਰਤਨੀ ਹੈ ਭਾਈ ਬਲਬੀਰ ਸਿੰਘ ਜੀ, ਮੈਂ 25-30 ਸਾਲ ਉਹਨਾਂ ਨਾਲ ਤਬਲਾ ਵਜਾਇਆ, ਬਿਲਕੁਲ ਤੁਹਾਨੂੰ ਸੁਣਦੇ ਰਹੇ ਜੀ, ਸੁਣਦੇ ਰਹੇ ਤੁਹਾਨੂੰ, ਬਿਲਕੁਲ ਸੁਣਦੇ ਨਾਲ, ਡਾਕਟਰ ਗੁਰਨਾਮ ਸਿੰਘ ਜੀ, ਵਾਹ ਜੀ, ਉਹਨਾਂ ਬਾਰੇ ਕੁਝ ਜ਼ਰੂਰ ਹੈ, ਭਾਈ ਬਲਬੀਰ ਸਿੰਘ ਜੀ ਬਾਰੇ, ਭਾਈ ਬਲਬੀਰ ਸਿੰਘ ਜੀ ਤੇ ਜਿਹੜੇ ਹੋਏ ਨੇ ਉਹ ਇੱਕ ਯੁੱਗ ਸੀ ਜੀ ਉਹਨਾਂ ਦਾ। ਅੱਛਾ ਜੀ, ਮੈਂ ਅੱਜ ਵੀ ਉਹਨਾਂ ਨੂੰ ਸੁਣਦਾ ਹਾਂ,
ਉਹਨਾਂ ਨੇ ਬਹੁਤ ਪੁਰਾਤਨ ਬਰਸ਼ਾਂ ਗਾਈਆਂ ਨੇ, ਤੂੰ ਕੁੰਨ ਰੇ ਮੈਂ ਜੀ ਨਾਮਾ, ਸਾਡੀ ਉਹਨੀ ਯੋਗਤਾ ਨਹੀਂ ਉਹ ਗਾਉਣ ਦੀ, ਪਰ ਉਹਨੇ ਜੋ ਗਾ ਛੱਡਿਆ ਗਾ, ਉਹਨਾਂ ਦਾ ਬੇਟੇ ਵੀ ਸਿੱਖ ਰਹੇ ਨੇ, ਭਾਈ ਭਾਈ ਸਰਬਜੀਤ ਸਿੰਘ ਲਾਡੀ ਸਾਹਿਬ ਉਹਨਾਂ ਦੇ ਨਾਲ ਰਹੇ, ਉਹਨਾਂ ਕੋਲ ਸਿੱਖਦੇ ਵੀ ਰਹੇ ਨੇ, ਅਤੇ ਉਹਨਾਂ ਵਰਗਾ ਯੁੱਗ ਮੈਨੂੰ ਲੱਗਦਾ ਨਹੀਂ ਹੁਣ ਦੁਬਾਰਾ ਆਉਂਦਾ, ਉਨੀ ਮਿਹਨਤ ਕੋਈ ਕਰਦਾ ਨਹੀਂ ਜਿੰਨੀ ਉਹਨਾਂ ਨੇ, ਉਹਨਾਂ ਉਹ ਵੀ ਪਿਤਾ ਪੁਰਖ ਹੀ ਕੀਰਤਨੀ ਸੀਗੇ, ਅਤੇ ਆਪ ਜੀ ਨੇ ਤਾਂ ਬਹੁਤ ਟਾਈਮ ਉਹਨਾਂ ਦੇ ਨਾਲ ਸੇਵਾ ਨਿਭਾਈ ਆ। ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਤੇ ਮੰਜੀ ਸਾਹਿਬ ਆਪ ਜੀ ਦੀ ਮੈਂ ਸੰਗਤ ਸੁਣਦਾ ਰਿਹਾ, ਬਾਪੂ ਜੀ ਉਹਨਾਂ ਦੇ ਨਾਲ, ਭਾਈ ਬਲਵੀਰ ਸਿੰਘ ਜੀ ਸ਼੍ਰੋਮਣੀ ਲਾਗੀ, ਅਤੇ ਗੁਰੂ ਦੀ ਬਹੁਤ ਬਖਸ਼ਿਸ਼ ਸੀ, ਭਾਈ ਬਖਸ਼ੀਸ਼ ਸਿੰਘ ਜੀ, ਪ੍ਰਿੰਸੀਪਲ ਬਲਦੇਵ ਸਿੰਘ ਜੀ, ਭਾਈ ਪ੍ਰਿੰਸੀਪਲ ਮੋਹਨਪਾਲ ਸਿੰਘ ਜੀ, ਡਾਕਟਰ ਗੁਰਨਾਮ ਸਿੰਘ ਜੀ, ਅੱਜ ਉਹ ਇੱਥੇ ਵੀ ਉਹਨਾਂ ਨੂੰ ਮੈਂ ਸੁਣਦਾ, ਉਹਨਾਂ ਦੇ ਭਰਾਤਾ ਡਾਕਟਰ ਜਗੀਰ ਸਿੰਘ ਜੀ, ਉਹਨਾਂ ਦੇ ਭਤੀਜੇ ਨੇ ਮਨਪ੍ਰੀਤ ਸਿੰਘ ਜੀ ਡਾਕਟਰ ਸਾਹਿਬ, ਪਿਛਲੇ ਵੀਕ ਆਪਾਂ ਇਕੱਠੇ ਵੀ ਹੋਏ ਹਾਂ, ਅਤੇ ਬਹੁਤ ਪਰਿਵਾਰ 'ਤੇ ਰਹਿਮਤ ਹੈ, ਗੁਰੂ ਰਹਿਮਤ ਕਰੇ। ਇਹ ਮੇਰਾ ਨਿੱਜੀ ਰਾਇ ਆ ਵੀ ਸਰੋਤ ਰੱਖਣੀ ਬੜੀ ਜ਼ਰੂਰੀ ਹੈ। ਅੱਜ ਮੇਰੇ ਖਿਆਲ ਕਈ ਵਾਰੀ ਕਹਿੰਦੇ ਵੀ ਸਿੱਖੀਆਂ ਸਾਨੂੰ ਸੁਣਨ ਦੀ ਲੋੜ ਨਹੀਂ, ਮੁਸ਼ਕਲਾਂ ਕਿੱਦਾਂ ਆਈਆਂ, ਕਿੱਦਾਂ ਤੁਸੀਂ ਸਿੱਖੇ ਹੋ, ਕਿਸ ਤਰ੍ਹਾਂ ਇੱਥੋਂ ਤੱਕ ਪਹੁੰਚੇ ਹੋ, ਸੰਗਤ ਨੂੰ ਪਤਾ ਲੱਗ ਸਕੇ, ਕਿਉਂਕਿ ਪਤਾ ਪਤਾ ਤਾਂ ਹੈਗਾ, ਪਰ ਅਸੀਂ ਚਾਹੁੰਦੇ ਸਾਂ ਕਿ ਤੁਸੀਂ ਟਾਈਮ ਸਾਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇਸ ਕੰਟਰੀ ਵਿੱਚ ਵੀ ਪਹਿਲੀ ਵਾਰੀ ਆਪਣੇ ਉਸਤਾਦ ਜੀ ਭਾਈ ਬਲਕਾਰ ਸਿੰਘ ਮਰਤਾਨੀ ਸਾਹਿਬ ਨਾਲ ਆਇਆ ਸੀ, ਲਗਾਤਾਰ ਅਸੀਂ 2000 ਤੱਕ ਉਹਨਾਂ ਦੇ ਨਾਲ ਹੀ, ਮੈਂ ਕੈਨੇਡਾ, ਅਮਰੀਕਾ, ਜਰਮਨ ਉਹਨਾਂ ਨਾਲ ਜਾਂਦੇ ਰਹੇ, ਉਹਨਾਂ ਦੀ ਬੜੀ ਰਹਿਮਤ ਰਹੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸੰਗਤਾਂ ਨੇ ਸਨਮੁਖ ਕੀਤਾ ਜੀ, ਥੈਂਕ ਯੂ ਜੀ, ਪਰਉਪਕਾਰੀ ਹੋ ਤੁਸੀਂ ਵੀ ਬਹੁਤ, ਬਹੁਤ ਧੰਨਵਾਦ ਹੈ ਤੁਹਾਡਾ ਜੀ, ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।